ਦੋਸਤੋ ਵਰਜੀਨੀਆ ਦੇ ਵਿੱਚ ਪਹੁੰਚੇ ਹਾਂ ਅਸੀਂ ਇੱਕ ਸ਼ਖਸ ਦੀ ਜ਼ਿੰਦਗੀ ਦੇ ਆਧਾਰ ਦੇ ਉੱਤੇ ਅਤੇ ਉਸ ਦੇ ਪਰਿਵਾਰ ਦੇ ਉੱਤੇ ਮੇਰੀ ਕਹਾਣੀ ਕਰਨ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਰਾਜਾ ਸੰਸੀ ਹਵਾਈ ਅੱਡੇ ਦੇ ਕੋਲ ਔਰ ਬਕਾਇਦਾ ਤੌਰ ਦੇ ਉੱਤੇ ਅਟਾਰੀ ਬਾਰਡਰ ਦੇ ਲਾਗੇ ਮਾਝੇ ਦਾ ਇੱਕ ਪਿੰਡ ਹੈ ਓਠੀਆਂ। ਸ਼ਾਇਦ ਮੇਰਾ ਖਿਆਲ ਹੈ ਕਿ ਉਹ ਇਤਿਹਾਸਿਕ ਨਕਸ਼ੇ ਉੱਤੇ ਨਾ ਹੋਵੇ, ਪਰ ਜਦੋਂ ਵਰਜੀਨੀਆ ਦੇ ਵਿੱਚ ਪਹੁੰਚਦੇ ਹਾਂ ਤਾਂ ਉਸ ਓਠੀਆਂ ਪਿੰਡ ਦੇ ਲਗਭਗ 20 ਪਰਿਵਾਰਾਂ ਦੇ ਅੰਦਰ ਇੱਕ ਜੁੱਟਤਾ ਵੇਖ ਕੇ ਬੜੀ ਵੱਡੀ ਗੱਲ ਆਉਂਦੀ ਹੈ। ਅਤੇ ਉਸ ਪਿੰਡ ਦੇ ਉਹਨਾਂ ਵੇਲਿਆਂ ਦੇ ਵਿੱਚ ਤਹਿਸੀਲਦਾਰ ਇੰਦਰ ਸਿੰਘ ਹੋਏ, ਜਿਹੜੇ ਪੜ੍ਹੇ ਲਿਖੇ ਤਹਿਸੀਲਦਾਰ ਰੋਜ਼ ਆਪਣੇ ਪਿੰਡ ਆਉਂਦੇ ਸਨ ਅਤੇ 4 ਪੁੱਤਰਾਂ ਦੇ ਬਾਪ ਸਨ। ਔਰ ਜਿਨ੍ਹਾਂ ਦੇ 4 ਪੁੱਤਰ ਜਿਹੜੇ ਸੀ ਉਹ ਅਮਰੀਕਾ ਦੇ ਵਿੱਚ ਆਏ। ਸਭ ਤੋਂ ਵੱਡਾ ਪੁੱਤਰ ਆਇਆ ਔਰ ਉਸ ਤੋਂ ਬਾਅਦ ਛੋਟਾ ਪੁੱਤਰ ਆਇਆ ਅਤੇ ਫਿਰ ਬਾਕੀ ਦੇ 2 ਭਰਾ ਵੀ ਅਮਰੀਕਾ ਦੇ ਵਿੱਚ ਆ ਕੇ ਬਕਾਇਦਾ ਤੌਰ ਦੇ ਉੱਤੇ ਵੱਸ ਗਏ। ਇੰਦਰ ਸਿੰਘ ਪੜ੍ਹੇ ਲਿਖੇ ਸਨ, ਪਰ ਉਹਨਾਂ ਦੀ ਤਮੰਨਾ ਸੀ ਕਿ ਉਹਨਾਂ ਦਾ ਬਾਕੀ ਪੁੱਤਰ ਅਤੇ ਪਰਿਵਾਰ ਵੀ ਬਕਾਇਦਾ ਤੌਰ ਦੇ ਉੱਤੇ ਪੜ੍ਹੇ। ਅੱਜ ਸਾਨੂੰ ਉਹਨਾਂ ਦੇ ਪਰਿਵਾਰ ਦਾ ਜਿਹੜਾ ਇੱਕ ਰੌਸ਼ਨ ਚਿਰਾਗ ਦਲਵੀਰ ਸਿੰਘ, ਉਹਨਾਂ ਨੂੰ ਮਿਲਣ ਦਾ ਮੌਕਾ ਬਕਾਇਦਾ ਤੌਰ ਦੇ ਉੱਤੇ ਸਾਨੂੰ ਮਿਲਿਆ। ਔਰ ਵਰਜੀਨੀਆ ਦੇ ਵਿੱਚ ਦਲਵੀਰ ਸਿੰਘ ਭੁੱਲਰ ਜਿਹੜੇ ਆਪਣੇ ਆਪ ਦੇ ਵਿੱਚ ਹੀ ਇੱਕ ਠੰਡੀ ਅਤੇ ਮਿੱਠੀ ਸ਼ਖਸੀਅਤ ਦੇ ਮਾਲਕ ਨੇ, ਜਿਹੜੇ ਕਦੇ ਵੀ ਮੈਂ ਸਮਝਾਂਗਾ ਕਿ ਬਹੁਤ ਘੱਟ ਬੋਲਣ ਵਾਲੇ ਇਨਸਾਨ ਨੇ, ਪਰ ਜਦੋਂ 1976 ਦੇ ਵਿੱਚ ਉਹ ਅਮਰੀਕਾ ਦੇ ਵਿੱਚ ਆਏ ਤਾਂ ਉਹਨਾਂ ਨੇ ਟੈਕਸੀ ਡਰਾਈਵ ਕੀਤੀ, ਛੋਟਾ ਜਿਹਾ ਡਰਾਈ ਕਲੀਨ ਦਾ ਸਟੋਰ ਵੀ ਚਲਾਇਆ। ਪਰ ਅੱਜ ਦੀ ਤਰੀਕ ਦੇ ਵਿੱਚ ਚਾਹੇ ਉਹ ਹੋਟਲ ਬਿਜ਼ਨਸ ਹੋਣ, ਚਾਹੇ ਉਹ ਚੈੱਕ ਕੈਸ਼ਿੰਗ ਦਾ ਬਿਜ਼ਨਸ ਹੋਵੇ, ਚਾਹੇ ਮੈਂ ਸਮਝਾਂਗਾ ਕਿ ਸ਼ਾਪਿੰਗ ਕੰਪਲੈਕਸ, ਸ਼ਾਪਿੰਗ ਮਾਲ ਦਾ ਬਿਜ਼ਨਸ ਹੋਵੇ, ਹਰ ਇੱਕ ਢੰਗ ਦੇ ਨਾਲ ਇੱਕ ਸ਼ਾਂਤ ਰਹਿਣ ਵਾਲੀ ਸ਼ਖਸੀਅਤ ਜਿਹੜੀ ਆ ਉਹ ਬਕਾਇਦਾ ਤੌਰ ਦੇ ਉੱਤੇ ਆਪਣੇ ਆਪ ਦੇ ਵਿੱਚ ਸਕਸੈਸ ਹੋਈ। ਅਤੇ ਨਾਲ ਇਸ ਸਟੋਰੀ ਦੇ ਪਿੱਛੇ ਕੁਝ ਹਕੀਕੀ ਸੱਚਾਈਆਂ ਕਿ ਆਪ ਸੈੱਟ ਹੋਣ ਤੋਂ ਬਾਅਦ ਪਰਿਵਾਰ, ਸਾਥੀ, ਪਿੰਡ ਵਾਲੇ, ਰਿਸ਼ਤੇਦਾਰਾਂ ਨੂੰ ਇੱਕ ਐਸੀ ਮਾਲਾ ਦੇ ਵਿੱਚ ਪਰੋਇਆ ਜਿਸ ਮਾਲਾ ਦੇ ਦਰਸ਼ਨ ਕਰਾਂਗੇ ਅਸੀਂ ਬਕਾਇਦਾ ਤੌਰ ਦੇ ਉੱਤੇ ਉਹਨਾਂ ਦੇ ਘਰ ਦੇ ਅੰਦਰ ਜਾ ਕੇ। ਔਰ ਨਾਲ ਦੀ ਨਾਲ ਦੱਸਣਾ ਚਾਹਾਂਗਾ ਕਿ ਉਹ ਔਰ ਉਹਨਾਂ ਦੀ ਪਤਨੀ ਸਿਮਰਜੀਤ ਕੌਰ ਆਪਣੇ ਆਪ ਦੇ ਵਿੱਚ ਮਿੱਠ ਬੋਲੜੇ, ਨਿੱਘੇ ਸੁਭਾਅ ਦੇ ਨੇ ਔਰ ਹਰ ਮਹੀਨੇ ਦੇ ਐਂਡ ਦੇ ਵਿੱਚ ਪਿੰਡ ਓਠੀਆਂ ਦਾ ਇਕੱਠ ਕਰਦੇ ਨੇ 50-60 ਲੋਕ, ਔਰ ਬਕਾਇਦਾ ਤੌਰ ਦੇ ਉੱਤੇ ਪਿੰਡ ਦਾ ਨਾਮ ਵੀ ਰੋਸ਼ਨ ਕਰਦੇ ਨੇ। ਆਓ ਮਿਲਦੇ ਹਾਂ ਦਲਵੀਰ ਸਿੰਘ ਭੁੱਲਰ ਹੋਰਾਂ ਨੂੰ, ਕੈਸੀ ਮਿੱਠੀ ਸ਼ਖਸੀਅਤ ਦੇ ਮਾਲਕ ਨੇ, ਘਰ ਅੰਦਰ ਜਾ ਕੇ ਕਰਾਂਗੇ ਉਹਨਾਂ ਨਾਲ ਗੱਲਬਾਤ। ਆਓ ਮਿਲੀਏ ਦਲਵੀਰ ਸਿੰਘ ਭੁੱਲਰ ਅਤੇ ਉਸ ਦੇ ਪਰਿਵਾਰ ਨੂੰ। ਦੋਸਤੋ ਜਿਵੇਂ ਤੁਸੀਂ ਸਾਡੀ ਸ਼ੁਰੂਆਤ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਸੁਣਿਆ ਕਿ ਓਠੀਆਂ ਪਿੰਡ ਤੋਂ ਚੱਲ ਕੇ ਆਏ ਸਰਦਾਰ ਦਲਵੀਰ ਸਿੰਘ ਭੁੱਲਰ, ਮੈਂ ਸਮਝਾਂਗਾ ਕਿ ਕੋਈ ਛੋਟਾ ਪਰਿਵਾਰ ਨਹੀਂ, ਆਮ ਤੌਰ ਦੇ ਉੱਤੇ 10-15 ਬੰਦਿਆਂ ਦਾ ਪਰਿਵਾਰ ਹੋਵੇ ਤਾਂ ਉਸਨੂੰ ਕਹਿ ਦਿੰਦੇ ਵੀ ਇਹ ਵੱਡਾ ਪਰਿਵਾਰ ਹੈ। ਪਰ ਜਦੋਂ ਅਸੀਂ ਬਕਾਇਦਾ ਤੌਰ 'ਤੇ ਇਸ ਮੰਸ਼ਾ ਨਾਲ ਆਏ ਕਿ ਦਲਵੀਰ ਸਿੰਘ ਭੁੱਲਰ ਹੋਰਾਂ ਦੇ ਉੱਤੇ ਅਸੀਂ ਕੋਈ ਸਟੋਰੀ ਕਰੀਏ ਤਾਂ ਜੋ ਕਿ ਪਤਾ ਲੱਗ ਸਕੇ ਕਿ ਇੰਨੇ ਇੰਨੇ ਪੁਰਾਣੇ ਲੋਕ ਜਿਹੜੇ ਨੇ ਉਹ ਵੀ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਵਸੇ ਹੋਏ ਨੇ, ਪਰ ਉਹ ਆਪਣੇ ਮਾਨਸਿਕ ਤੌਰ ਦੇ ਉੱਤੇ ਪੰਜਾਬ ਨਾਲ ਜੁੜੇ ਹੋਏ ਨੇ, ਮਾਨਸਿਕ ਤੌਰ ਦੇ ਉੱਤੇ ਆਪਣੇ ਪਿੰਡਾਂ ਨਾਲ ਜੁੜੇ ਹੋਏ ਨੇ, ਅਕੀਦੇ ਦੇ ਤੌਰ ਦੇ ਉੱਤੇ, ਦਿਲ ਦੇ ਤੌਰ ਦੇ ਉੱਤੇ। ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਭਾਸ਼ਾ ਤੋਂ ਲੈ ਕੇ, ਲੈਂਗੁਏਜ ਤੋਂ ਲੈ ਕੇ, ਉਹਨਾਂ ਦੇ ਸੁਭਾਅ ਦੇ ਵਿੱਚ ਇੰਨੇ ਵਰ੍ਹਿਆਂ ਤੋਂ ਲੈ ਕੇ ਹੁਣ ਤੱਕ ਵੀ ਜਿਹੜਾ ਸੁਭਾਅ ਦੇ ਵਿੱਚ ਉਹ ਪੰਜਾਬ ਦੇਖਿਆ ਜਾ ਸਕਦਾ, ਭਾਵੇਂ ਕਿ ਅਮਰੀਕਾ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਗੁਜ਼ਰੀ ਹੈ। ਮੇਰੇ ਨਾਲ ਸਰ ਦਲਵੀਰ ਸਿੰਘ ਭੁੱਲਰ ਇਸ ਵੇਲੇ ਬੈਠੇ ਹੋਏ ਨੇ, ਪਰ ਮੈਂ ਸਮਝਾਂਗਾ ਕਿ ਜਦੋਂ ਮੈਂ ਗੱਲਬਾਤ ਸ਼ੁਰੂ ਕਰਨੀ ਹੈ ਤਾਂ ਇਹ ਇਤਿਹਾਸ ਜਾ ਕੇ 1972 ਦੇ ਲਾਗੇ ਛਾ ਕੇ ਅਮਰੀਕਾ ਦੇ ਵਿੱਚ ਆਮਦ ਦੇ ਨਾਲ ਇਸ ਪਰਿਵਾਰ ਦਾ ਇੱਥੇ ਆ ਜੁੜਦਾ। ਭੁੱਲਰ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਅਤੇ ਭੁੱਲਰ ਸਾਹਿਬ ਓਠੀਆਂ ਪਿੰਡ ਤੋਂ ਅਸੀਂ ਇਹ ਸਮਝਦੇ ਹਾਂ ਕਿ ਤੁਸੀਂ ਕਿਹੜੇ ਸਾਲ ਦੇ ਵਿੱਚ ਇੱਥੇ ਆਏ ਸੀ? ਮੈਂ 1976 'ਚ ਆਇਆ ਸੀ, ਸਤੰਬਰ 24 ਨੂੰ ਜੀ। ਹਾਂਜੀ। ਅਤੇ ਪਰ ਮੈਨੂੰ ਇਹ ਚੀਜ਼ ਦੱਸੋ ਕਿ ਸਭ ਤੋਂ ਪਹਿਲਾਂ ਕੋਈ ਨਾ ਕੋਈ ਇੱਕ ਜ਼ਰੀਆ ਬਣਦਾ, ਕੋਈ ਨਾ ਕੋਈ ਇੱਕ ਖਾਸ ਤੌਰ ਦੇ ਉੱਤੇ ਮੈਂ ਸਮਝਦਾ ਕਿ ਕਹਿ ਦਿੰਦੇ ਵੀ ਲਗਨ ਬਣ ਜਾਂਦਾ ਵੀ ਇਹਦੇ ਕਰਕੇ ਬੰਦੇ ਆਏ, ਠੀਕ ਹੈ ਕਿ ਨਹੀਂ? ਅਤੇ ਖਾਸ ਤੌਰ ਦੇ ਉੱਤੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਜਾਂ ਬਾਰਡਰ ਏਰੀਏ ਦੇ ਉੱਤੇ ਮਾਝੇ ਏਰੀਏ ਦੇ ਵਿੱਚ ਵਿਦੇਸ਼ ਆਉਣ ਦਾ ਪਹਿਲਾਂ ਕੋਈ ਏਡਾ ਵੱਡਾ ਰੁਝਾਨ ਨਹੀਂ ਸੀ। ਦੁਆਬੀਆਂ ਨੂੰ ਕਿਹਾ ਜਾਂਦਾ ਕਿ ਦੁਆਬੇ ਵਾਲੇ ਲੋਕ ਜਿਹੜੇ ਨੇ ਉਹ ਵਿਦੇਸ਼ ਦੀ ਧਰਤੀ ਦੇ ਉੱਤੇ ਆਉਂਦੇ ਨੇ। ਤੁਹਾਡੇ ਪਰਿਵਾਰ ਦੀ ਆਮਦ ਇੱਥੇ ਕਿੱਦਾਂ ਸ਼ੁਰੂ ਹੋਈ? ਮੇਰੇ ਵੱਡੇ ਬ੍ਰਦਰ ਜਗੀਰ ਸਿੰਘ ਭੁੱਲਰ ਉਹ ਪਹਿਲਾਂ ਇੱਥੇ ਸੀ ਸਨ 72 ਤੋਂ ਜੀ। ਜੀ। ਅਤੇ ਉਹਨਾਂ ਦੇ ਕਰਕੇ
ਮਤਲਬ ਸਾਨੂੰ ਹੀ ਉਹਨਾਂ ਨੇ ਕਿਹਾ ਵੀ ਇੱਥੇ ਤੁਸੀਂ ਆ ਜਾਓ, ਉੱਥੋਂ ਨਾਲੋਂ ਇੱਥੇ ਚੰਗਾ। ਠੀਕ ਹੈ। ਅਤੇ ਬਾਕੀ ਉਸ ਟਾਈਮ 'ਤੇ ਇਮੀਗ੍ਰੇਸ਼ਨ ਤੋਂ ਸੋਰੀ ਉਹਨਾਂ ਥਰੂ ਨਹੀਂ ਸੀ ਲਈ, ਮੇਰੀ ਵਾਈਫ ਨੇ ਨਰਸਿੰਗ ਕੀਤੀ ਹੋਈ ਸੀ ਅਤੇ ਉਸ ਵੇਲੇ ਨਰਸਿੰਗ ਬੇਸ 'ਤੇ ਵੀਜ਼ੇ ਮਿਲਦੇ ਸੀ ਅਮੈਰੀਕਾ 'ਚ। ਅੱਛਾ। ਅਤੇ ਉਹ ਅਸੀਂ ਅਪਲਾਈ ਕੀਤਾ ਅਤੇ ਸਾਨੂੰ ਵਿਦਨ ਸਿਕਸ ਮੰਥ ਮਤਲਬ ਵੀਜ਼ਾ ਮਿਲ ਗਿਆ ਸਾਨੂੰ। ਅੱਛਾ। ਪਰਮਾਨੈਂਟ ਵੀਜ਼ਾ ਮਿਲ ਗਿਆ ਤਾਂ ਅਸੀਂ ਇੱਥੇ ਆ ਗਏ। ਠੀਕ ਹੈ। ਉਸ ਟਾਈਮ 'ਤੇ ਮੇਰੇ ਦੋ ਬ੍ਰਦਰ, ਇੱਕ ਇੱਥੇ ਡਾਕਟਰ ਸਾਹਿਬ ਬੈਠੇ ਸੀ, ਉਹ ਵੀ ਮੇਰੇ ਪਹਿਲਾਂ ਆਏ ਸੀ। ਠੀਕ ਹੈ। ਫਿਰ ਮੈਂ ਆ ਗਿਆ ਗ੍ਰੀਨ ਕਾਰਡ ਲੈ ਕੇ, ਫਿਰ ਮੇਰੇ ਉਸ ਤੋਂ ਸੈਕਿੰਡ ਨੰਬਰ ਦੇ ਜਿਹੜੇ ਬ੍ਰਦਰ ਸੀ ਵੱਡੇ, ਉਹ ਵੀ ਗ੍ਰੀਨ ਕਾਰਡ ਲੈ ਕੇ ਇੱਥੇ ਆ ਗਏ। ਜਾਗ ਮਤਲਬ ਲੱਗ ਗਿਆ। ਅਤੇ ਸਰ ਜਗੀਰ ਸਿੰਘ, ਜਿਹੜੇ ਵੱਡੇ ਬ੍ਰਦਰ ਤੁਸੀਂ ਕਿਹਾ 1972 ਤੋਂ ਇੱਥੇ ਸੀ, ਉਹਨਾਂ ਦਾ ਆਉਣਾ ਕਿੱਦਾਂ ਹੋਇਆ ਇੱਥੇ? ਉਹਨਾਂ ਦੇ ਜੀ ਤੁਸੀਂ ਸ਼ਾਇਦ ਜਾਣਦੇ ਹੋ ਕਿ ਗੰਗਾ ਸਿੰਘ ਢਿੱਲੋਂ ਕਾਫੀ ਮਸ਼ਹੂਰ ਹੈ ਨੇ, ਬਹੁਤ ਮਸ਼ਹੂਰ ਪਾਕਿਸਤਾਨ ਦੀ ਗੁਰਦਾਮਾ ਵਗੈਰਾ ਦੇ ਬਾਰੇ ਵਿੱਚ ਬੜਾ ਉਹਨਾਂ ਦੇ ਉਹ ਬ੍ਰਦਰ ਲਾ ਸਨ। ਓਕੇ। ਤੇ ਉਹ ਉਹਨਾਂ ਕਰਕੇ ਆਏ ਇੱਥੇ। ਠੀਕ ਹੈ। ਉਹਨਾਂ ਨੇ ਸੱਦਿਆ, ਫਿਰ ਅਸੀਂ ਆਪਣੇ ਬ੍ਰਦਰ ਪਿੱਛੇ ਕਹਿ ਲਓ ਵੀ ਸਾਰੇ ਆ ਗਏ ਇੱਥੇ। ਸੋ ਮਤਲਬ ਪਿੰਡ ਦੇ ਵਿੱਚੋਂ, ਉਠੀਆਂ ਪਿੰਡ ਦੇ ਵਿੱਚੋਂ ਪਹਿਲਾਂ ਵੀ ਕੋਈ ਵਿਦੇਸ਼ ਦੇ ਵਿੱਚ ਗਿਆ ਹੋਇਆ ਸੀ ਜਾਂ ਤੁਹਾਡਾ ਪਰਿਵਾਰ ਪਹਿਲਾਂ ਜਿਹੜਾ ਵਿਦੇਸ਼ ਦੇ ਵਿੱਚ? ਮੇਰਾ ਬ੍ਰਦਰ ਸਭ ਤੋਂ ਪਹਿਲਾਂ ਆਇਆ ਸੀ ਜੀ। ਠੀਕ ਹੈ। ਉਸ ਤੋਂ ਬਾਅਦ ਕੋਨਾ ਦੇ ਨਾਲ ਹੀ ਸਾਡੇ ਪਿੰਡ 'ਚੋਂ ਉੱਥੇ ਪਰਿਵਾਰ ਆ, ਉਹਨਾਂ ਦਾ ਇੱਕ ਪੜਿਆ ਸੀ ਬੰਦਾ ਆਪਣਾ, ਉਹ ਫਿਰ ਆਏ ਇੱਥੇ। ਠੀਕ ਹੈ। ਅਤੇ ਉਹਨਾਂ ਨੇ ਸੈਟਲ ਹੋਏ, ਫਿਰ ਉਹਨਾਂ ਨੇ ਆਪਣੇ ਪਰਿਵਾਰ ਸੱਦੇ। ਅੱਜ ਜਦੋਂ ਅਸੀਂ ਆਏ ਹਾਂ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਪਰਿਵਾਰ ਇਕੱਠਾ ਹੋਇਆ ਸੀਗਾ। ਜਿਵੇਂ ਤੁਸੀਂ ਦੱਸਿਆ ਕਿ ਮੇਰੀ ਵਾਈਫ ਨੇ ਨਰਸਿੰਗ ਕੀਤੀ ਹੋਈ ਸੀ, ਅੱਜ ਮੰਨਿਆ ਜਾਂਦਾ ਕਿ ਚੰਗੇ ਕਾਰੋਬਾਰ ਦੇ ਵਿੱਚ, ਚੰਗੇ ਨਾਮ ਦੇ ਵਿੱਚ, ਚੰਗੀ ਸ਼ਰਾਫਤ ਦੇ ਵਿੱਚ ਬਹੁਤ ਇੱਜ਼ਤ ਹੈ ਭੁੱਲਰ ਪਰਿਵਾਰ ਦੀ, ਔਰ ਖਾਸ ਤੌਰ ਦੇ ਉੱਤੇ ਤੁਹਾਡਾ ਜ਼ਿਕਰ ਆਉਂਦਾ। ਤੁਸੀਂ ਜਦੋਂ ਇੱਥੇ ਆਏ ਹੋ 1976 ਦੇ ਵਿੱਚ, ਜਾਂ ਤੁਹਾਡੇ ਵਾਈਫ ਵੀ ਆਏ ਆ, ਉਹਨਾਂ ਨੂੰ ਫਿਰ ਇੱਥੇ ਜੋਬ ਮਿਲ ਗਈ ਅਤੇ ਤੁਸੀਂ ਕੀ ਕੀਤਾ ਨਾਲ ਦੀ ਨਾਲ? ਅਸੀਂ ਤਾਂ ਜੀ ਆਉਂਦਿਆਂ ਫਿਰ ਉਹ ਕੰਮ ਤਾਂ ਇੰਡੀਆ ਕਰਦੇ ਕੋਈ ਨਹੀਂ ਹਾਂ, ਅਤੇ ਇੱਥੇ ਆਏ ਅਤੇ ਫਿਰ ਉਹ ਟੈਕਸੀ ਸ਼ੁਰੂ ਕੀਤੀ ਚਲਾਉਣੀ। ਠੀਕ ਹੈ। ਉਹ 2-4 ਸਾਲ ਚਲਾਈ, 3-4 ਸਾਲ ਚਲਾਈ। ਉਸ ਤੋਂ ਬਾਅਦ ਮੇਰਾ ਖਿਆਲ ਅਸੀਂ ਕੋਈ ਇੱਕ ਮੇਰੇ ਪਾਕਿਸਤਾਨ ਤੋਂ ਇੱਕ ਦੋਸਤ ਨੇ, ਇਹਦੇ ਵੀ ਬੜੇ ਦੋਸਤ ਨੇ ਜੀ, ਉਹ ਵੀ ਉਸ ਟਾਈਮ 'ਤੇ ਟੈਕਸੀ ਚਲਾਉਂਦੇ ਸੀਗੇ। ਠੀਕ ਹੈ। ਅਤੇ ਉਹਨਾਂ ਨੇ ਕਿਹਾ ਵੀ ਡਰਾਈ ਕਲੀਨ ਸਟੋਰ ਖੋਲ੍ਹਣਾ, ਅਤੇ ਅਸੀਂ ਦੋਵਾਂ ਨੇ ਜੀ ਇੱਕ ਵਾਈਟ ਹਾਊਸ ਦੇ ਲਾਗੇ ਡਰਾਈ ਕਲੀਨ ਸਟੋਰ ਖੋਲ੍ਹਿਆ, ਵਾਸ਼ਿੰਗਟਨ ਡੀਸੀ 'ਚ। ਡੀਸੀ ਜੀ, ਹਾਂਜੀ। ਦੋ ਖੋਲ੍ਹੇ ਅਤੇ ਉਹ ਫਿਰ ਅਸੀਂ ਥੋੜ੍ਹੇ ਚਿਰ ਬਾਅਦ 5-4 ਸਾਲ ਚਲਾਏ, ਫਿਰ ਛੱਡਤੇ। ਫਿਰ ਕੋਈ ਥੋੜ੍ਹੇ ਬਹੁਤੇ ਕੰਸਟਰਕਸ਼ਨ 'ਚ ਆ ਗਏ, ਘਰ ਘੁਰ ਬਣਾਏ, ਫਿਰ ਹੜ ਗਏ। ਇਸ ਤਰ੍ਹਾਂ ਫਿਰ ਹੌਲੀ ਹੌਲੀ ਅੱਗੇ ਬਿਜ਼ਨਸ 'ਚ ਪੈਂਦੇ ਗਏ। ਭੁੱਲਰ ਸਾਹਿਬ, ਡਰਾਈ ਕਲੀਨ ਸਟੋਰ ਦੇ ਉੱਤੇ ਤਾਂ ਕੱਪੜੇ ਕੁਪੜੇ ਆਪ ਪ੍ਰੈਸ ਕਰਨੇ ਪੈਂਦੇ, ਸਿੱਖਿਆ ਫਿਰ ਕੰਮ? ਉਹ ਕੱਪੜੇ ਅਸੀਂ ਬਾਹਰ ਘੱਲਦੇ ਸੀ, ਸਾਡਾ ਪਿਕਅਪ ਸਟੋਰ, ਇੱਕ ਹੁੰਦਾ ਨਾ ਪਲਾਂਟ ਵਾਲਾ, ਇੱਕ ਹੁੰਦਾ ਪਿਕਅਪ ਸਟੋਰ, ਸਾਡਾ ਪਿਕਅਪ ਸਟੋਰ ਸੀਗਾ, ਕੱਪੜੇ ਅਸੀਂ ਬਾਹਰ ਘੱਲਦੇ ਸੀ ਧੋਣ ਵਾਸਤੇ। ਮੀਡੀਏਟਰ ਬਣ ਗਏ? ਹਾਂਜੀ, ਇੱਦਾਂ ਹੀ ਇੱਥੇ ਚੱਲਦਾ ਨਾ ਅਮਰੀਕਾ ਜੀ। ਠੀਕ ਹੈ, ਠੀਕ ਹੈ। ਤੋ ਅਸੀਂ ਉਹ ਕੱਪੜੇ ਲੈਂਦੇ ਸੀ, ਘੱਲ ਦਿੰਦੇ ਸੀ, ਉਹ ਧੋ ਕੇ ਲੈ ਆਉਂਦੇ ਸੀ, ਅਤੇ ਅਸੀਂ ਟੰਗ ਦੇਣੇ ਅਤੇ ਉਹ ਲੋਕਾਂ ਨੂੰ ਦੇ ਛੱਡਦੇ ਸੀਗੇ। ਮਤਲਬ ਸੌਖਾ ਹੀ ਕੰਮ ਕੀਤਾ ਵੀ ਜਿੰਨਾ ਕੁ ਵੀ ਸੌਖਾ ਹੋ ਸਕੇ। ਪਰ ਮੈਂ ਇੱਕ ਗੱਲ ਜ਼ਰੂਰ ਪੁੱਛਣਾ ਚਾਹਾਂਗਾ, ਤੁਸੀਂ 1976 ਦੇ ਵਿੱਚ ਗੱਲ ਕੀਤੀ ਵੀ ਪਹਿਲਾਂ ਟੈਕਸੀ ਚਲਾਈ, ਜਿਵੇਂ ਅੱਜ ਦੀ ਤਰੀਕ ਦੇ ਵਿੱਚ ਊਬਰ ਹੈ ਜੀ, ਫਲਾਣੀਆਂ ਟੈਕਸੀਆਂ ਨੇ, ਏਅਰਪੋਰਟ ਦੀਆਂ ਟੈਕਸੀਆਂ ਨੇ, ਉਸ ਵੇਲੇ ਏਡੇ ਜ਼ਿਆਦਾ ਏਅਰਪੋਰਟ ਵੀ ਨਹੀਂ ਹੋਣਗੇ, ਇੱਕ ਅੱਧਾ ਏਅਰਪੋਰਟ ਹੀ ਨਹੀਂ, ਦੋਨੋਂ ਹੀ ਨੈਸ਼ਨਲ ਏਅਰਪੋਰਟ, ਡਲਸ ਏਅਰਪੋਰਟ ਸੀਗਾ ਉਸ ਵੇਲੇ ਸੀ। ਹਾਂਜੀ, ਅਤੇ ਟੈਕਸੀ ਦਾ ਕੰਮ ਵੀ ਏਅਰਪੋਰਟਾਂ ਦੇ ਉੱਤੇ ਇੰਨਾ ਹੀ ਸੀ? ਹਾਂਜੀ, ਉਦੋਂ ਘੱਟ ਸੀ ਕੰਮ, ਪਰ ਕੰਮ ਉਦੋਂ ਵੀ ਬੜਾ ਸੀ। ਉਦੋਂ ਅੱਜ ਨਾਲ ਉਹ ਜੇ ਕੰਪੇਅਰ ਕਰੋਗੇ ਤਾਂ ਉਦੋਂ ਪੈਸੇ ਜ਼ਿਆਦਾ ਬਣਦੇ ਸੀ ਅੱਜ ਨੂੰ। ਭੁੱਲਰ ਸਾਹਿਬ, ਇੱਕ ਗੱਲ ਜ਼ਰੂਰ ਦੱਸੋ ਕਿ 1976 ਵਾਲਾ, ਹਾਂਜੀ, ਅਤੇ ਅੱਜ 2019 ਵਾਲਾ, ਮਤਲਬ ਆਪਾਂ ਜੇ ਇੱਕ ਗੱਲ ਲਾ ਲਈਏ, 45 ਸਾਲ ਹੋ ਗਏ ਨੇ, 45 ਸਾਲ ਪਹਿਲਾਂ ਦਾ ਅਮਰੀਕਾ ਕਿੱਦਾਂ ਦਾ ਸੀ ਅਤੇ ਹੁਣ ਦਾ ਅਮਰੀਕਾ ਕਿੱਦਾਂ ਦਾ? ਫਰਕ ਮੈਨੂੰ ਜ਼ਰੂਰ ਡਿਫਾਈਨ ਕਰੋ। ਫਰਕ ਉਸ ਟਾਈਮ 'ਤੇ ਇਹ ਹੀ ਆ ਵੀ ਹਰ ਚੀਜ਼ ਜਿਹੜੀ ਸਸਤੀ ਸੀ, ਅਤੇ ਲੋਕਾਂ ਦਾ ਲਿਵਿੰਗ ਵੀ ਮੇਰਾ ਖਿਆਲ ਸੌਖਾ ਸੀਗਾ। ਅੱਜ ਪੈਸੇ ਵੀ ਜ਼ਿਆਦਾ ਬਣ ਰਹੇ ਨੇ, ਉਸ ਹਿਸਾਬ ਨਾਲ ਹਰ ਚੀਜ਼ ਦੀ ਮਹਿੰਗਾਈ ਵੀ ਹੋ ਗਈ ਬੜੀ। ਨਹੀਂ, ਸਟਾਈਲ ਆਫ ਲਿਵਿੰਗ ਜਿੱਦਾਂ ਅੱਜ ਤੁਹਾਡਾ ਬੜਾ ਵੱਡਾ ਘਰ ਹੈਗਾ, ਉਸ 'ਤੇ ਉਸ ਵੇਲੇ ਵੀ ਇੱਦਾਂ ਦੇ ਘਰ ਜਿਹੜੇ ਸੀ ਉਹ ਮੌਜੂਦ ਸੀ ਲੋਕਾਂ ਦੇ ਕੋਲ? ਤੁਸੀਂ ਲੋਕਾਂ ਦੇ ਘਰ ਹੈਗੇ ਸੀ ਜਿਹੜਾ ਕੋਈ ਪੈਸੇ ਸੀਗੇ, ਪਰ ਅਸੀਂ ਤਾਂ ਥੋੜ੍ਹੇ ਪੈਸੇ ਬਣਾਉਣ ਵਾਲੇ, ਅਸੀਂ ਤਾਂ ਅਪਾਰਟਮੈਂਟ 'ਚ ਹੀ ਰਹਿੰਦੇ ਸੀਗੇ। ਅਪਾਰਟਮੈਂਟ ਤੋਂ ਬਾਅਦ ਅਸੀਂ ਟਾਊਨ ਹਾਊਸ ਚਲੇ ਗਏ, 2-4 ਘਰ ਬਦਲੇ, ਅਤੇ ਬਿਜ਼ਨਸ 'ਚ ਪੈ ਗਏ ਪੈਸੇ, ਅਪਗ੍ਰੇਡ ਹੁੰਦੇ ਰਹੇ, ਅਪਗ੍ਰੇਡ, ਬਿਜ਼ਨਸ ਜਿਉਂ ਜਿਉਂ ਵੱਧਦੇ ਗਏ ਪੈਸੇ ਬਣਦੇ ਗਏ, ਅਤੇ ਤਾਂ ਵੱਧਦੇ ਗਏ। ਠੀਕ ਹੈ।
ਘਰ ਤੋਂ ਉਸ ਵੇਲੇ ਵੀ ਇੱਥੇ ਆ ਏਰੀਆ ਗ੍ਰੇਟ ਫਾਲ ਮਕਲੀਨ ਜਿੱਥੇ 10-10 ਮਿਲੀਅਨ ਦੇ ਘਰ ਵੀ ਹੈਗੇ ਆ ਤੇ ਉਦੋਂ ਵੀ ਸੀਗੇ। ਮਤਲਬ ਤੁਹਾਨੂੰ ਇਹ ਲੱਗਦਾ ਨਹੀਂ ਕਿ ਅਮਰੀਕਾ ਉਸ ਵੇਲੇ ਦਾ ਅਤੇ ਹੁਣ ਵੇਲੇ ਦਾ ਬਦਲਿਆ ਅਮਰੀਕਾ? ਨਹੀਂ, ਕੋਈ ਬਦਲਿਆ ਲੱਗਦਾ ਨਹੀਂ। ਉਦੋਂ ਵੀ ਜੇ ਅਸੀਂ ਉਸ ਲੈਵਲ 'ਤੇ ਹੁੰਦੇ ਤਾਂ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਸੀ ਜਿਹੜੀਆਂ ਹੁਣ ਅਸੀਂ ਵੇਖ ਰਹੇ ਹਾਂ। ਅਤੇ ਰਿਹਾਇਸ਼ ਤੁਸੀਂ ਮੁੱਢ ਤੋਂ ਲੈ ਕੇ ਵਰਜੀਨੀਆ ਦੇ ਵਿੱਚ? ਅਸੀਂ ਪਹਿਲਾਂ ਜੀ 5 ਸਾਲ ਅਰਲਿੰਗਟਨ ਰਹੇ, 5 ਸਾਲ ਵਿਆਨਾ, 5 ਸਾਲ ਸੈਂਟਰਵੇਲ, ਫਿਰ ਅਸੀਂ 5 ਸਾਲ ਹੋ ਗਏ, 5 ਹੀ ਇੱਥੇ ਹੋ ਗਏ। ਖੂਬਸੂਰਤ ਪਰਿਵਾਰ ਨਹੀਂ, ਮੈਂ ਤੇ ਵੇਖੋ ਗੱਲ ਏਦਾਂ ਕਰਦਾ ਹੁੰਦਾ ਵੀ ਜਦੋਂ ਘਰ ਲਿਆ ਸੀ ਤੇ ਇਹਨਾਂ ਦਾ ਚਲੋ ਸਾਰਿਆਂ ਦਾ ਸ਼ੌਂਕ ਸੀਗੇ ਜੇ ਲੈਣਾ ਘਰ ਤਾਂ ਗ੍ਰੇਟ ਫਾਲ 'ਚ ਲੈਣਾ, ਨਹੀਂ ਤਾਂ ਘਰ ਹਾਂ ਲੈਣਾ ਨਹੀਂ। ਫੇਅਰਫੈਕਸ ਵੀ ਵਧੀਆ ਘਰ ਸੀ ਸਾਡੇ ਕੋਲ, ਅਤੇ ਲੈਣਾ ਤਾਂ ਇਹੋ ਜਿਹਾ ਚੰਗਾ ਘਰ ਲੈਣਾ ਅਤੇ ਜਾਂ ਰਹਿਣਾ। ਅਤੇ ਮੈਂ ਆਖਦਾ ਸੀਗਾ ਵੀ ਹੁਣ 5 ਸਾਲ ਪਹਿਲਾਂ ਮੈਂ ਕਿਹਾ ਵੀ 2 ਗੱਲਾਂ ਬੜੀਆਂ ਪੱਕੀਆਂ ਨੇ ਵੀ ਕਿਸ਼ਤ ਵੀ 30 ਸਾਲ ਦੀ ਆ ਅਤੇ ਆਪਾਂ 30 ਸਾਲ ਰਹਿਣਾ ਵੀ ਨਹੀਂਗਾ। 2 ਗੱਲਾਂ ਪੱਕੀਆਂ ਕਰ ਦਿੱਤੀਆਂ ਹੈ ਉਹ ਇਸ ਕਰਕੇ ਆ ਵੀ 30 ਸਾਲ ਤਾਂ ਆਪਾਂ ਕੰਮ ਨਹੀਂ ਕਰਨਾ, ਪਰ ਜਿੰਦਾ ਰਹਿ ਲਈਏ, ਪਰ ਕਿਸ਼ਤਾਂ ਦੇ ਜੋਗੇ ਤਾਂ ਨਹੀਂ ਨਾ ਪੈਸੇ ਬਣਾਉਣ ਜੋਗੇ ਰਹਿਣਾ। ਜੀ ਅੱਗੇ ਤੁਸੀਂ ਬੜਾ ਕੁਛ ਬਣਾਇਆ, ਸੰਤਾਨ, ਪਰਮਾਤਮਾ, ਤੰਦਰੁਸਤੀ ਰੱਖੀ, ਤਾਂ ਬੜੀਆਂ ਛੋਟੀਆਂ ਚੀਜ਼ਾਂ ਨੇ ਅੱਜ ਦੀ ਤਰੀਕ ਦੇ ਵਿੱਚ। ਨਹੀਂ ਉਹ ਪੈਸੇ ਗੱਲ ਗੱਲ ਕਰੀਦੀ ਆ ਨਾ ਜੀ, ਆਪਾਂ ਤੁਹਾਨੂੰ ਪਤਾ ਹੀ ਵੀ ਇੱਥੇ ਸਿਸਟਮ ਜਿਹੜੇ ਹੈਗੇ ਨੇ ਯੂਨੋ। ਦੋਸਤੋ ਗੱਲਬਾਤ ਦਾ ਸਿਲਸਿਲਾ ਅਸੀਂ ਇਸੇ ਤਰ੍ਹਾਂ ਰੱਖਾਂਗੇ ਜਾਰੀ, ਪਰਿਵਾਰ ਨੂੰ ਵੀ ਮਿਲਾਂਗੇ। ਬਹੁਤ ਹੀ ਮੈਂ ਸਮਝਾਂਗਾ ਕਿ ਇੱਕ ਨਰਮ ਜਿਹੀ ਸਟੋਰੀ ਅਤੇ ਪਰ ਮਸਲਾ ਇਸ ਗੱਲ ਦਾ ਕਿ ਬਹੁਤ ਹੀ ਗਹਿਰਾਈ ਦੇ ਨਾਲ ਪੜ੍ਹਨ ਵਾਲੀ ਇਹ ਕਹਾਣੀ ਹੈ, ਪਿੰਡ ਤੋਂ ਲੈ ਕੇ ਪ੍ਰਦੇਸ਼ ਤੱਕ ਦਾ ਸਫ਼ਰ ਸਾਧ ਦਲਵੀਰ ਸਿੰਘ ਭੁੱਲਰ ਹੋਰਾਂ ਦਾ। ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਤੁਹਾਨੂੰ ਫਿਰ ਮਿਲਦੇ ਹਾਂ। ਆ ਦੋਸਤੋ, ਅਸੀਂ ਬਕਾਇਦਾ ਤੌਰ ਦੇ ਉੱਤੇ ਅੱਜ ਵਰਜੀਨੀਆ ਦੇ ਵਿੱਚ ਸਾਧ ਦਲਵੀਰ ਸਿੰਘ ਭੁੱਲਰ ਹੋਰਾਂ ਦੇ ਘਰ ਜਿਹੜੇ ਆਏ ਹੋਏ ਹਾਂ। ਬਹੁਤ ਹੀ ਜਿੱਦਾਂ ਰੁਮਕ ਦੀ ਪੌਣ ਹੁੰਦੀ ਹੈ, ਭੁੱਲਰ ਸਾਹਿਬ ਵੀ ਉੱਦੀ ਹੌਲੀ ਹੌਲੀ ਗੱਲਬਾਤ ਕਰਦੇ ਆ, ਕਿਉਂਕਿ ਇਹ ਆਦੀ ਨਹੀਂ, ਕੈਮਰੇ ਤੋਂ ਭੱਜਦੇ ਸਨ, ਮਾਈਕ ਤੋਂ ਭੱਜਦੇ ਆ, ਪਰ ਅਸੀਂ ਫਿਰ ਵੀ ਅੱਜ ਇੱਦਾਂ ਦਾ ਮੌਕਾ ਤਿਆਰ ਕੀਤਾ ਕਿ ਅਸੀਂ ਅੱਜ ਇਹਨਾਂ ਨੂੰ ਫੜ ਹੀ ਲੈਣਾ ਤਾਂ ਜੋ ਕਿ ਲੋਕਾਂ ਨੂੰ ਪਤਾ ਲੱਗ ਸਕੇ ਅੱਜ ਕਿਸ ਢੰਗ ਦੇ ਨਾਲ ਵਿਦੇਸ਼ ਦੇ ਵਿੱਚ ਆਉਣ ਦੀ ਹੋੜ ਹੈ ਔਰ ਲੋਕ ਨੇ। ਪਰ ਇਹ ਇੰਨੇ ਪੁਰਾਣੇ ਅਮਰੀਕਾ ਦੇ ਵਿੱਚ ਆਏ ਹੋਏ ਨੇ, ਅੱਜ ਦੀ ਤਰੀਕ ਦੇ ਵਿੱਚ 4-5 ਸਾਲ ਕੋਈ ਅਮਰੀਕਾ ਦੇ ਵਿੱਚ ਆ ਜਾਵੇ ਤਾਂ ਸ਼ਾਇਦ ਉਹਨਾਂ ਦੀ ਤੌਰ ਰਮਕ ਬਦਲ ਜਾਂਦੀ ਹੈ, ਪਰ ਪੂਰੇ ਪਰਿਵਾਰ ਨੂੰ ਮਿਲਣ 'ਤੇ ਪਤਾ ਲੱਗਦਾ ਵੀ ਮੈਨੂੰ ਐਂ ਲੱਗਦਾ ਵੀ ਜਿਵੇਂ ਕੱਲ੍ਹ ਹੀ ਉਠੀਆਂ ਪਿੰਡ ਤੋਂ ਅਜੇ ਆਏ ਹੋਣ। ਸਾਰਿਆਂ ਦਾ ਪੇਂਡੂ ਸੁਭਾਅ ਵਗੈਰਾ ਤੌਰ ਦੇ ਉੱਤੇ ਆਪਣੇ ਆਪ ਦੇ ਵਿੱਚ ਹੀ ਖੂਬਸੂਰਤੀ ਦੇ ਆਲਮ ਦਾ ਲਿਸ਼ਕਾਰਾ ਜਿਹੜਾ ਨਾ ਉਹ ਜ਼ਰੂਰ ਪਾਉਂਦਾ। ਭੁੱਲਰ ਸਾਹਿਬ, ਮੈਂ ਥੋੜ੍ਹਾ ਜਿਹਾ ਪਿਛੋਕੜ 'ਚ ਜਾਵਾਂਗਾ। ਤੁਹਾਡੇ ਪਿਤਾ ਜੀ ਹੋਰਾਂ ਦੀ ਮੈਂ ਵੱਡੀ ਇਸ ਘਰ ਦੇ ਵਿੱਚ ਬਰਕਤ ਵਾਲੀ ਤਸਵੀਰ ਲੱਗੀ ਦੇਖੀ ਹੈ ਮਾਤਾ ਪਿਤਾ ਦੀ, ਔਰ ਪੁਰਾਤਨ ਯੁੱਗ ਦਾ ਪੂਰਾ ਭੁਲੇਖਾ ਪਾਉਂਦੀ ਹੈ। ਥੋੜ੍ਹਾ ਉਹਨਾਂ ਬਾਰੇ ਦੱਸੋ, ਪਿੰਡ ਦੇ ਵਿੱਚ ਉਹ ਕੀ ਕਰਦੇ ਸੀ, ਖੇਤੀ ਕਿਵੇਂ ਕਰਦੇ ਸੀ, ਔਰ ਤੁਸੀਂ ਕਿੰਨੀ ਕੁ ਉਮਰ ਸੀ ਉਸ ਵੇਲੇ ਜਦੋਂ ਉਹਨਾਂ ਦੇ ਨਾਲ ਪਿੰਡ ਦੇ ਵਿੱਚ ਹੀ ਖੇਤੀ ਨੂੰ ਹੱਥ ਬਣਾਉਂਦੇ ਹੁੰਦੇ ਸੀ ਭਰਾ? ਉਹ ਜੀ ਐਕਚੁਅਲੀ ਉਹ ਜੋਬ ਕਰਦੇ ਸੀਗੇ ਜੀ, ਉਹ ਆਪਣੇ ਤਹਿਸੀਲ ਨਾਲਾ ਦੇ ਵਿੱਚ ਆਪਣੇ ਟੈਕਸ ਇੰਸਪੈਕਟਰ ਸਨ। ਅੱਛਾ। ਅਤੇ ਉਹ ਪਿੰਡ ਤੋਂ ਰੋਜ਼ ਆਉਂਦੇ ਸੀਗੇ, ਪਿੰਡ ਚਲ ਜਾਂਦੇ ਸੀ, ਨਾਲ ਜਿਹੜੀ ਜ਼ਮੀਨ ਸੀਗੀ ਉਹ ਵਾਹੀ ਖੇਤੀ ਕਰਾਉਂਦੇ ਸੀਗੇ। ਠੀਕ ਹੈ। ਅਤੇ ਜਿਹੜੇ ਮੇਰੇ ਇੱਥੇ ਵੱਡੇ ਬ੍ਰਦਰ ਬੈਠੇ ਇਹ ਤਾਂ ਫੁੱਲ ਟਾਈਮ ਵਾਹੀ ਸੀਗੇ, ਅਸੀਂ ਚਲੋ ਮਾੜੇ ਚੰਗੇ ਉੱਥੇ ਪੜ੍ਹਨ ਪੁੜਨ ਗਏ, ਮੇਰੇ ਵੱਡੇ ਬ੍ਰਦਰ ਵੀ ਪੜ੍ਹਦੇ ਸੀਗੇ ਅਤੇ ਇਹ ਨਹੀਂ ਜ਼ਿਆਦਾ ਗਏ ਸਕੂਲੇ, ਬਾਕੀ ਅਸੀਂ 3 ਭਰਾ ਗਏ ਸਕੂਲ। ਫਿਰ ਉਸ ਤੋਂ ਬਾਅਦ ਅਸੀਂ 76 ਜੇ ਇੱਥੇ ਆ ਗਏ ਜੀ, ਅਤੇ ਮੈਂ ਇੰਡੀਆ ਸੀ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ। ਅੱਛਾ। ਫਿਰ ਸਾਡੇ ਮਦਰ ਜਿਹੜੇ ਇੱਥੇ ਰਹੇ ਕਾਫੀ ਸਾਲ, ਅਤੇ ਫਿਰ ਉਹਨਾਂ ਦੀ ਵੀ ਡੈਥ ਹੋ ਗਈ ਬਾਅਦ। ਠੀਕ ਹੈ। ਮਤਲਬ ਤੁਹਾਡਾ ਜਿਹੜਾ ਵਿਆਹ ਸੀ ਉਹ ਇੰਡੀਆ ਦੇ ਵਿੱਚ ਹੀ ਹੋਇਆ? ਇੰਡੀਆ, ਹਾਂਜੀ। ਠੀਕ ਹੈ। ਅਤੇ ਜਿਹੜੇ ਬੱਚੇ ਉਹ ਵੀ ਇੰਡੀਆ ਦੇ ਵਿੱਚ ਹੋਏ ਜਾਂ ਇੱਥੇ? ਸਾਡੀ ਉਹ ਵੱਡੀ ਬੇਟੀ ਇੰਡੀਆ 'ਚ ਹੋਈ ਸੀ ਜੀ, ਅਤੇ ਆਹ ਦੋ, ਇੱਕ ਆਹ ਅਤੇ ਇੱਕ ਦੇ ਛੋਟਾ ਯੰਗਰ ਬ੍ਰਦਰ ਆ, ਉਹ ਇੱਥੇ ਹੋਏ ਸੀਗੇ। ਪੜ੍ਹਿਆ ਲਿਖਿਆ ਪਰਿਵਾਰ ਸੀ, ਕਿਉਂਕਿ ਉਸ ਵੇਲੇ ਨੌਕਰੀ ਪੇਸ਼ਾ ਹੋਣਾ ਇੱਕ ਬੜੀ ਵੱਡੀ ਮਾਨੇ ਗੱਲ ਰੱਖਦੀ ਸੀ। ਉਹਨਾਂ ਦਾ ਨੌਕਰੀ ਪੇਸ਼ੇ ਹੋਣ ਦਾ ਪ੍ਰਭਾਵ ਜਿਹੜਾ ਸੀ ਜਾਂ ਅਸਰ ਸੀ ਉਹ ਜਿਵੇਂ ਤੁਸੀਂ ਕਿਹਾ ਵੀ ਬਾਕੀ ਬ੍ਰਦਰ ਜਿਹੜੇ ਸੀ ਉਹ ਪੜ੍ਹਦੇ ਸੀ, ਉਹਨਾਂ ਦੇ ਉੱਤੇ ਪਿਆ ਕਿ ਉਹ ਪੜ੍ਹੇ ਲਿਖੇ ਹੈ ਨੇ ਕਿਸੇ ਫੀਲਡ ਵੱਲ ਜਾਣ ਦੀ ਗੱਲ, ਐਜੂਕੇਸ਼ਨ ਵਾਲੇ ਪਾਸੇ ਨੂੰ ਜਾਣ ਦੀ ਗੱਲ, ਕਿਉਂਕਿ
ਖਾਸ ਤੌਰ ਤੇ ਮਾਝੇ ਦੇ ਪਿੰਡਾਂ ਦੇ ਵਿੱਚ ਇਹ ਗੱਲਾਂ ਘੱਟ ਦੇਖਣ ਨੂੰ ਮਿਲੀਆਂ? ਨਹੀਂ, ਉਹ ਮਤਲਬ ਵੀ ਬੱਚਿਆਂ ਨੂੰ ਪੜ੍ਹਾ ਕੇ ਤਾਂ ਖੁਸ਼ ਸੀਗੇ, ਜਿੱਦਾਂ ਮੇਰਾ ਵੱਡਾ ਬ੍ਰਦਰ, ਉਹਨਾਂ ਨੇ BSc ਕੀਤੀ, ਉਹਨਾਂ ਨੇ ਟੀਚਿੰਗ ਜੋਬ ਵੀ ਕੀਤੀ ਉੱਥੇ ਇੰਡੀਆ। ਅੱਛਾ, ਫਿਰ ਉਹ ਟੀਚਿੰਗ ਕਰਦੇ ਕਰਦੇ ਫਿਰ ਬਾਹਰ ਆ ਗਏ। ਅਤੇ ਪੁਲਿਸ ਸਾਹਿਬ, ਟੈਕਸੀ ਵਾਲੇ ਕੰਮ ਤੋਂ ਬਾਅਦ, ਡਰਾਈ ਕਲੀਨ ਵਾਲੇ ਕੰਮ ਤੋਂ ਬਾਅਦ ਤੁਸੀਂ ਫਿਰ ਕਿਹੜਾ ਬਿਜ਼ਨਸ ਜਿਹੜਾ ਮਤਲਬ ਡਿਵੈਲਪ ਹੋਇਆ, ਅੱਜ ਜਿਸ ਤਰ੍ਹਾਂ ਦਾ ਤੁਸੀਂ ਇੱਕ ਅੰਪਾਇਰ ਜਿਹਾ ਖੜਾ ਕੀਤਾ ਹੋਇਆ ਜਾਂ ਬੱਚੇ ਵੀ ਗਏ, ਅਤੇ ਉਹ ਲੱਗਦਾ ਨਹੀਂ ਵੀ ਤੁਸੀਂ ਇਕੱਲੇ ਟੈਕਸੀ ਤੋਂ ਬਾਅਦ ਕੋਈ ਕਿਹੜਾ ਬਿਜ਼ਨਸ ਸ਼ੁਰੂ ਕੀਤਾ? ਸਾਡੇ ਫਰੈਂਡ ਸੀਗੇ ਉਹ, ਉਹਨਾਂ ਜੀ ਉਹ ਚੈੱਕ ਕੈਸ਼ਿੰਗ ਬਿਜ਼ਨਸ ਸੀਗੇ, ਅਤੇ ਵੈਸਟਰਨ ਯੂਨੀਅਨ ਜਿੱਦਾਂ ਕਹਿੰਦੇ ਆਪਾਂ। ਹਾਂਜੀ 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 ਹਾਂਜੀ। ਅਤੇ ਉਹ ਉਹਨਾਂ ਨੇ ਕਿਹਾ ਯਾਰ ਡਰਾਈ ਕਲੀਨ ਛੱਡੋ ਤੁਸੀਂ ਨਾ, ਉਹਨਾਂ ਕੋਲ ਗਰੋਸਰੀ ਸਟੋਰ ਸੀਗਾ ਬਰਾੜ ਸਾਹਿਬ ਇੱਥੇ ਮੁਕਤਸਰ ਦੇ ਨੇ, ਉਹ ਇੱਧਰ ਮਨਾਸਰ ਸਾਈਡ 'ਤੇ ਸੀ ਉਹਨਾਂ ਨੇ ਦੁਕਾਨ। ਅੱਛਾ, ਉਹ ਸਾਡੇ ਦੋਸਤ ਸੀ, ਉਹਨਾਂ ਕਿਹਾ ਤੁਸੀਂ ਆਹ ਕਰੋ ਯਾਰ, ਇਹ ਵਧੀਆ ਕੰਮ ਆ। ਉਹ ਅਸੀਂ ਉਹ ਸ਼ੁਰੂ ਕਰ ਲਿਆ ਜੀ, ਅਤੇ ਉਹ ਜਿੱਦਾਂ ਉਹ ਬਿਜ਼ਨਸ ਦੇ ਖੈਰ ਚੰਗਾ, ਅਜੇ ਵੀ ਚੰਗਾ, ਪਰ ਉਹ ਜਿੱਦਾਂ ਬੈਡ ਚੈੱਕ ਜੇ ਉਹ ਜਾਂ ਤੁਹਾਨੂੰ ਸਮਝ ਹੋਣੀ ਚਾਹੀਦੀ ਬਿਜ਼ਨਸ ਦੀ ਸਾਰੀ। ਹਾਂ, ਕਿਉਂਕਿ ਉਸ ਵੇਲੇ ਜਿਹੜੇ ਅਨਡਾਕੂਮੈਂਟਡ ਬੰਦੇ ਨੇ ਉਹਨਾਂ ਨੂੰ ਕੋਈ ਚੈੱਕ ਮਿਲਦੇ ਆ ਉਹ ਲੈ ਕੇ ਆਉਂਦੇ ਆ? ਨਹੀਂ, ਅੱਜ ਵੀ ਬਹੁਤੇ ਉਹੋ ਹੀ ਨੇ, ਅਤੇ ਦੂਜੇ ਵੀ ਜਿਹੜੇ ਜਿਹਨਾਂ ਕੋਲ ਪੇਪਰ ਹੈਗੇ ਆ ਜਾਂ ਅਮੈਰੀਕਨ ਸਿਟੀਜਨ ਵੀ ਚੈੱਕ ਲੈ ਕੇ ਆਉਂਦੇ ਆ, ਪਰ ਉਸ ਵੇਲੇ ਸਾਨੂੰ ਉਹਨਾਂ ਨੇ ਸਟਾਰਟ ਕਰਵਾਇਆ ਬਿਜ਼ਨਸ। ਉਹ ਫਿਰ ਆ ਵੀ ਉਸ ਟਾਈਮ 'ਤੇ ਅਸੀਂ ਮੈਂ 93 'ਚ ਸ਼ੁਰੂ ਕੀਤਾ ਸੀਗਾ, ਤਾਂ ਫਿਰ ਇੱਕ ਬਣਾਇਆ, ਦੋ ਬਣਾਏ, ਜਿੱਦਾਂ ਅੱਜ ਵੀ ਸਾਡੇ ਕੋਲ 7-8 ਲੋਕੇਸ਼ਨਾਂ ਹੈਗੀਆਂ ਨੇ। ਸੋ ਉਹੀ ਬਿਜ਼ਨਸ ਚੱਲ ਰਿਹਾ? ਹਾਂਜੀ, ਉਹ ਤਾਂ ਨਾਲ ਨਾਲ ਫਿਰ ਅਸੀਂ ਰੀਅਲ ਸਟੇਟ 'ਚ ਸ਼ੁਰੂ ਕਰ ਲਿਆ, ਸ਼ਾਪਿੰਗ ਸੈਂਟਰ ਬਾਏ ਕੀਤੇ, ਯੂਨੋ ਹਾਊਸ ਬਾਏ ਕੀਤੇ, ਅਤੇ ਉਸ ਤੋਂ ਬਾਅਦ ਇਹ ਸਾਡੇ ਕੋਈ ਆਪਣੇ ਬਿਜ਼ਨਸ ਆ। ਫਿਰ ਉਹ ਜਿਹੜਾ ਸਾਡਾ ਇੱਕ ਪਾਕਿਸਤਾਨੀ ਜਿਹਦਾ ਮੈਂ ਡਰਾਈ ਕਲੀਨ ਸਟੋਰ ਰਲ ਕੇ ਖੋਲ੍ਹਿਆ ਸੀ, ਠੀਕ ਹੈ, ਉਹ ਅੱਜ ਵੀ ਉਹਦੇ 30-40 ਸਟੋਰ ਨੇ, ਉਹ ਬਹੁਤ ਹੀ ਅੱਗੇ ਚਲਾ ਗਿਆ ਬੰਦਾ, ਅਸੀਂ ਵਧਾਏ ਨਹੀਂ। ਹਾਂਜੀ, ਠੀਕ। ਫਿਰ ਅਸੀਂ 5-10 ਸਾਲ ਵਿੱਚੋਂ ਗੈਪ ਪੈ ਗਿਆ, ਵੱਖਰੇ ਹੋ ਗਏ, ਫਿਰ ਅਸੀਂ ਹੋਟਲ ਬਿਜ਼ਨਸ 'ਚ ਕੱਟੇ ਹੋ ਗਏ। ਠੀਕ ਹੈ, ਪਰ ਹੁਣ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਚੈੱਕ ਕੈਸ਼ਿੰਗ ਹੈ ਉਹ ਤੁਹਾਡਾ ਪਹਿਲਾਂ ਅਸੀਂ ਸਮਝ ਸਕਦੇ ਹਾਂ, ਕਿਉਂਕਿ ਜਿਹੜੀ ਬਿਜ਼ਨਸ ਹੈ ਉਹਦੀਆਂ ਵੀ 8 ਲੋਕੇਸ਼ਨਾਂ ਚੱਲ ਰਹੀਆਂ ਨੇ, ਔਰ ਨਾਲ ਦੀ ਨਾਲ ਹੁਣ ਹੋਟਲ ਬਿਜ਼ਨਸ ਦੇ ਵਿੱਚ ਬੱਚੇ ਉਹਨੂੰ ਮੈਨੇਜ ਕਰਦੇ ਨੇ? ਸਾਡਾ ਛੋਟਾ ਜਿਹੜਾ ਜੀ ਉਹ ਇੱਥੇ ਮਨਾਸਰ ਸੜਕੋਂ ਹੋਲੀਡੇ ਇਨ ਐਕਸਪ੍ਰੈਸ ਆ, ਉਹਦਾ ਮੈਨੇਜਰ ਆ। ਠੀਕ ਹੈ, ਅਤੇ ਇੱਕ ਸਾਡਾ ਹੋਰ ਪਾਰਟਨਰ ਆ, ਇੱਕ ਸਾਡਾ ਇੱਥੇ ਵਿਨਗੇਡ, ਉਹ ਆ ਮੁੰਡਾ ਇੱਥੇ ਬੈਠਾ, ਇਹਨਾਂ ਦਾ ਮੁੰਡਾ ਮੈਨੇਜਰ ਆ। ਠੀਕ ਹੈ, ਇਹ ਮੇਰੇ ਪਿੰਡ 'ਚੋਂ ਨੈਫਿਊ ਲੱਗਦੇ, ਇਹ ਵੀ ਸਾਡੇ ਪਾਰਟਨਰ ਆ। ਆਮ ਤੌਰ ਦੇ ਉੱਤੇ ਪੰਜਾਬੀਆਂ ਦਾ ਇੱਕੋ ਗੱਲ ਹੁੰਦੀ ਹੈ, ਜਾਂ ਜ਼ਿਆਦਾਤਰ ਪੰਜਾਬੀ ਕਹਿੰਦੇ ਟਰੱਕਿੰਗ ਬਿਜ਼ਨਸ ਦੇ ਵਿੱਚ ਚਲੇ ਜਾਓ, ਜਾਂ ਪੰਜਾਬੀ ਕਹਿ ਦਿੰਦੇ ਨੇ ਕਿ ਅਸੀਂ ਗੈਸ ਸਟੇਸ਼ਨ ਬਿਜ਼ਨਸ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਜਾਂਦੇ ਨੇ, ਉਹ ਨਹੀਂ ਕਦੇ ਸੋਚਿਆ ਵੀ ਗੈਸ ਸਟੇਸ਼ਨ ਬਿਜ਼ਨਸ? ਅਸੀਂ ਉਹ ਜੀ ਚੈੱਕ ਕੈਸ਼ਿੰਗ ਜੀ ਪੈ ਰਿਹਾ, ਸਾਨੂੰ ਉਹ ਹੀ ਚੰਗਾ ਲੱਗਾ। ਅੱਜ ਵੀ ਹੁਣ ਥੋੜ੍ਹਾ ਜਿਹਾ ਡਾਊਨ ਆ, ਪਰ ਅੱਜ ਵੀ ਜੋ ਮੈਂ ਕਹਾਂਗਾ ਵੀ ਜਿਹੜੀਆਂ ਚੰਗੀਆਂ ਲੋਕੇਸ਼ਨਾਂ ਪੈਸੇ ਬਣਾਉਂਦੀਆਂ, ਉਹਦੇ ਜਿੰਨਾ ਹੋ ਸਕਦਾ ਉਹ ਡੇਂਜਰਸ ਤਾਂ ਬਿਜ਼ਨਸ ਹੈ ਆ, ਪਰ ਜਿੰਨਾ ਉੱਥੇ ਪ੍ਰੋਫਿਟ ਆ ਮੇਰਾ ਕਿਸੇ ਬਿਜ਼ਨਸ 'ਚ ਨਹੀਂ ਹੈਗਾ, ਕਿਸੇ ਬਿਜ਼ਨਸ 'ਚ ਵੀ ਨਹੀਂ, ਜੇ ਤੁਸੀਂ ਕੰਪੇਅਰ ਕਰੋ ਕਿ ਹੋਰ ਬਿਜ਼ਨਸ ਨੂੰ। ਚੈੱਕ ਕੈਸ਼ਿੰਗ ਈਵਨ ਹੋਟਲ ਵੀ ਨਹੀਂ ਉਹਦੇ ਮਤਲਬ ਮੁਕਾਬਲੇ 'ਤੇ ਹੈਗਾ। ਵਾਹ। ਹਾਂਜੀ, ਜੇ ਤੁਸੀਂ ਉਹਨੂੰ ਜੇ ਚੰਗੀ ਲੋਕੇਸ਼ਨ ਚੱਲ ਰਹੀ ਆ ਤੇ ਤੁਹਾਨੂੰ ਸਮਝ ਆ। ਸੋ ਮੈਂ ਸਮਝਾਂਗਾ ਕਿ ਤੁਰਦੀ ਫਿਰਦੀ ਚੱਲਦੀ ਛੋਟੀ ਬੈਂਕ ਹੈ ਉਹ। ਤੁਸੀਂ ਮਨੋ ਨਾ ਮਨੋ ਜੀ, ਸਾਡੀ ਕਈ ਲੋਕੇਸ਼ਨਾਂ ਹੋਣਗੀਆਂ ਵੀ ਉਹਨੇ ਪੈਸੇ ਬੈਂਕ ਕੋਲ ਨਹੀਂ ਹੁੰਦੇ। ਵਾਹ। ਬ੍ਰਾਂਚ ਪੁਲਿਸ ਸਾਹਿਬ, ਆਪ ਕੀ ਮੈਨੇਜ ਕਰਦੇ ਹੋ? ਮੈਂ ਤਾਂ ਹੁਣ ਵੈਸੇ ਜੀ ਬੇਸਿਕਲੀ ਸਾਡੀਆਂ ਲੋਕੇਸ਼ਨਾਂ 'ਤੇ ਜਿੰਨੀਆਂ 5-7 ਨੇ ਉਹ ਤਾਂ ਮੈਨੇਜਰ ਹੀ ਮੈਨੇਜ ਕਰਦੇ ਆ। ਠੀਕ ਹੈ। ਮੇਰਾ ਤਾਂ ਕੰਮ ਹੁੰਦਾ ਕਿ ਫੋਨ ਤੋਂ ਮਨੀ ਆਰਡਰ ਕਰ ਦੇਣੀ ਵੀ ਇਹਨੂੰ ਇੰਨੀ ਚਾਹੀਦੀ, ਇਹਨੂੰ ਇੰਨੀ ਚਾਹੀਦੀ ਆ, ਮੇਰਾ ਤਾਂ ਇਹੋ ਹੀ ਕੰਮ ਹੁੰਦਾ। ਸਟਿਲ ਤੁਸੀਂ ਉਹਨੂੰ ਮੈਨੇਜ ਤਾਂ ਕਰ ਰਹੇ ਹੋ ਭਾਵੇਂ ਫੋਨ ਦੇ ਉੱਤੇ? ਹਾਂਜੀ, ਉਹ ਬਹੁਤ ਹੈਡਿਕ ਤਾਂ ਹੁੰਦੀ ਆ ਵੀ ਪੈਸੇ ਭੁੱਲਣਾ ਜਾਈ ਆਰਡਰ ਕਰਨੇ, ਜੇ ਪੈਸੇ ਆਰਡਰ ਕਰਨੇ ਭੁੱਲ ਗਏ ਤਾਂ ਅਗਲੇ ਦਿਨ ਸਟੋਰ ਕਿੱਦਾਂ ਚੱਲੂ? ਅਤੇ ਪੁਲਿਸ ਸਾਹਿਬ, ਮਤਲਬ ਜਿਹੜਾ ਬਿਜ਼ਨਸ ਨੂੰ, ਹੋਟਲ ਦਾ ਵੀ ਬਿਜ਼ਨਸ ਹੈ, ਸ਼ਾਪਿੰਗ ਸੈਂਟਰ ਦਾ ਵੀ ਬਿਜ਼ਨਸ ਹੈ, ਚੈੱਕ ਕੈਸ਼ਿੰਗ ਦਾ ਵੀ ਬਿਜ਼ਨਸ ਹੈ, ਪਰਿਵਾਰ ਦੇ ਵਿੱਚੋਂ ਡਿਵਾਈਡ ਕਿੱਦਾਂ ਕੀਤੇ ਹੋਏ ਕਿ ਤੂੰ ਇਸ ਨੂੰ ਮੈਨੇਜ ਕਰਨਾ, ਤੂੰ ਇਸ ਨੂੰ ਮੈਨੇਜ ਕਰਨਾ? ਜਿਹੜਾ ਸਾਡਾ ਬਿਜ਼ਨਸ ਉਹ ਤਾਂ ਪੇਪਰ ਵਰਕ ਅਤੇ ਵਾਈਫ ਵੇਖਦੇ ਲੈਂਦੇ ਆ, ਅਤੇ ਮੈਂ ਪੇਪਰ ਵਰਕ ਕੋਈ ਨਹੀਂ ਵੇਂਦਾ, ਆਫਿਸ ਦੇ ਵਿੱਚ ਰੱਖਿਆ ਬੰਦਾ ਉਹ ਜਿਹੜਾ ਚੈੱਕ ਚੁੱਕ ਕਰਦਾ, ਮੇਲ ਅੱਗੇ ਪਿੱਛੇ ਕਰਦਾ। ਇਹ ਵੱਡਾ ਮੁੰਡਾ ਇਹਦਾ ਆਪਣਾ, ਇਹਨੂੰ ਸਬਵੇ ਲੈ ਕੇ ਦਿੱਤਾ, ਇਹ ਸਬਵੇ ਮੈਨੇਜ ਕਰਦਾ, ਥੋੜ੍ਹਾ ਬਹੁਤਾ ਸਾਡੇ ਨਾਲ ਕਰਦਾ। ਜਿੱਦਾਂ ਛੋਟਾ ਉਹ ਆਪਣਾ ਹੋਟਲ ਮੈਨੇਜ ਕਰਦਾ। ਠੀਕ ਹੈ। ਉਹ ਲੜਕੀ ਹੈ ਸਾਡੀ, ਉਹਨੂੰ 7-11 ਲੈ ਕੇ ਦਿੱਤਾ, ਉਹ 7-11 ਮੈਨੇਜ ਕਰ ਸਕਦੀ, ਸਾਡਾ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਵੈਸੇ। ਠੀਕ ਹੈ। ਬੱਚੇ ਸਾਰੇ ਮਤਲਬ ਸੈੱਟ ਕੀਤੇ ਆ, ਆਪਣਾ ਆਪਣਾ ਕੰਮ ਜਿਹੜਾ ਉਹ ਕਰਦੇ ਆ। ਠੀਕ ਹੈ ਕਿ ਨਹੀਂ ਜੀ? ਅਤੇ ਫਿਊਚਰ ਕੀ ਪਲੈਨ ਹੈ, ਕਿ ਕੋਈ ਹੋਰ ਬਿਜ਼ਨਸ ਲੈਣਾ ਜਾਂ ਇਹਦੇ ਵਿੱਚ ਹੀ ਸੰਤੁਸ਼ਟੀ ਹੈ ਤੁਹਾਡੀ? ਨਹੀਂ ਜੀ, ਵੇਖੋ ਮੈਂ ਤਾਂ
ਕੰਮ ਚੋਰ ਕਹਿ ਲਓ, ਮੈਂ ਤਾਂ ਬਹੁਤਾ ਕੰਮ ਨੂੰ ਵਧਾ ਕੇ ਨਹੀਂ ਖੁਸ਼, ਮੈਂ ਤਾਂ ਨਾ ਵੀ ਪੈਸੇ ਜਿੰਨੇ ਮਰਜ਼ੀ ਬਣਾਈ ਜਾਓ, ਨਾਲ ਤਾਂ ਕੋਈ ਰੋਜ਼ ਬਾਬੇ ਵੀ ਆਉਂਦੇ ਵੀ ਜਾਣਾ ਤਾਂ ਕੋਈ ਹੈ ਨਹੀਂ। ਪਰ ਬਾਬੇ ਜ਼ਿਆਦਾ ਬਣਾਉਂਦੇ ਨੇ, ਆਈ ਨੋ, ਬਾਬਿਆਂ ਦੇ ਧਿਆਨ ਪੈਸਿਆਂ ਨੂੰ ਜ਼ਿਆਦਾ ਹੁੰਦਾ, ਜਿਹੜੇ ਬਾਬੇ ਕਹਿੰਦੇ ਵੀ ਨਾਲ ਨਹੀਂ ਜਾਣਾ ਪੈਸਿਆਂ ਦੀ ਕੋਈ ਲੋੜ ਨਹੀਂ, ਉਹ ਬਾਬੇ ਕਹਿੰਦੇ ਵੀ ਮਾਇਆ ਵੀ ਦੇ ਜਾਓ ਨਾ। ਠੀਕ ਹੈ, ਪਰ ਮੇਰੀ ਆਪਣੀ ਹੈ ਜੀ, ਵੇਖੋ ਮੈਂ ਮੇਰੇ ਚੀਮਾ ਸਾਹਿਬ ਉਹਨਾਂ ਨੇ 40 ਲੋਕੇਸ਼ਨਾਂ ਬਣਾਉਂਦੀਆਂ, ਮੈਂ ਵੀ ਬਣਾ ਸਕਦਾ, ਮੈਨੂੰ ਵੀ ਬਣਾਉਣੇ ਆਉਂਦੇ, ਅੱਜ ਵੀ ਬਣਾਉਣੇ ਆਉਂਦੇ ਸਟੋਰ 'ਤੇ, ਮੈਂ ਨਹੀਂ ਵਧਾਇਆ ਬਿਜ਼ਨਸ। ਅਤੇ ਅੱਜ ਵੀ ਮੈਂ ਕਹਿੰਦਾ ਵੀ ਜਿੰਨੇ ਮਰਜ਼ੀ ਬਣਾਈ ਉਹ ਸਾਡੇ ਕੀ ਵਧਾਉਣ ਵਾਲੀ ਗੱਲ ਆ। ਰਾਈਟ ਰਾਈਟ, ਪੈਸੇ ਤਾਂ ਰੋਟੀ ਤਾਂ ਰੋਜ਼ ਚੰਗੀ ਹੁੰਦੀ ਨਹੀਂ, ਜਿੰਨੇ ਮਰਜ਼ੀ ਵਧਾ ਲਈਏ ਪੈਸਿਆਂ ਨੂੰ। ਬਹੁਤਾ ਕੋਈ ਪ੍ਰੈਸ਼ਰ ਵਾਲੀ ਜੋਬ ਰੱਖੀ ਨਹੀਂ, ਜਾਈਦਾ ਜ਼ਰੂਰ ਆ ਘਰੋਂ, ਜਾਈਦਾ ਮਰਜ਼ੀ ਨਾਲ, ਆ ਜਾਈਦਾ ਮਰਜ਼ੀ ਨਾਲ। ਅਤੇ ਭੈਣ ਜੀ ਤੁਹਾਡੀ ਵਾਈਫ ਜਿਹੜੀ, ਉਹ ਘਰ ਬੈਠ ਕੇ ਮੈਨੇਜ ਕਰਦੀ ਆ? ਨਹੀਂ, ਚਲੇ ਜਾਂਦੇ ਆਫਿਸ ਇੱਕ ਦੋ ਵਾਰ ਹਫ਼ਤੇ 'ਚ। ਠੀਕ ਹੈ ਠੀਕ, ਇਹਨਾਂ ਦਾ ਤਕਰੀਬਨ 2 ਕੁ ਦਿਨ ਹੀ ਕੰਮ ਹੁੰਦਾ, 5-4 ਘੰਟਿਆਂ ਦਾ ਬਹੁਤਾ ਤਾਂ ਹੁੰਦਾ ਨਹੀਂ। ਪੁਲਿਸ ਸਾਹਿਬ, ਤੁਹਾਡੀ ਜਿਹੜੀ ਮੇਰੀ ਕਹਾਣੀ ਹੈ ਨਾ, ਉਹ ਇੱਕ ਵੱਖਰੀ ਤਰ੍ਹਾਂ ਦੀ ਕਹਾਣੀ ਹੈ। ਮੈਂ ਸਮਝਾਂਗਾ ਕਿ ਤੁਸੀਂ ਆਪਣੀ ਸਾਰੀ ਕਹਾਣੀ ਨੂੰ ਪਿੰਡ ਦੁਆਲੇ, ਆਪਣੇ ਪਰਿਵਾਰ ਦੇ ਮੈਂਬਰਾਂ ਦੁਆਲੇ, ਜਾਂ ਜਿੰਨਾ ਕੁ ਚੁਗਿਰਦਾ ਇੱਥੇ ਬਣਾਇਆ ਹੋਇਆ, ਰਿਸ਼ਤੇਦਾਰਾਂ ਦਾ, ਸਾਕ ਸੰਬੰਧੀਆਂ ਦਾ, ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਸੱਥ ਅਤੇ ਆਪਣੇ ਆਪ ਦੇ ਵਿੱਚ ਹੀ ਇੱਕ ਜਿਹੜਾ ਹੈਗਾ ਉਹ ਪ੍ਰੋਗਰਾਮ ਹੁੰਦਾ। ਮੈਂ ਜ਼ਰੂਰ ਉਹਨਾਂ ਨਾਲ, ਸਾਰਿਆਂ ਨਾਲ ਤੁਹਾਡੀ ਸ਼ਖਸੀਅਤ ਬਾਰੇ ਜਿਹੜੀ ਆ ਉਹ ਗੱਲਬਾਤ ਜ਼ਰੂਰ ਕਰਨੀ ਚਾਹਾਂਗਾ। ਦੋਸਤੋ, ਇੱਕ ਪਰਿਵਾਰਕ ਗੁਲਦਸਤਾ ਬਹੁਤ ਵੱਡੇ ਪੱਧਰ ਦੇ ਉੱਤੇ, ਇੱਕ ਹੁੰਦਾ ਕਿ ਆਪਣੇ ਜੀਆਂ ਦਾ ਪਰਿਵਾਰ, ਇੱਕ ਹੁੰਦਾ ਕਿ ਸਾਰੇ ਭੈਣ ਭਰਾਵਾਂ ਦਾ ਔਰ ਰਿਸ਼ਤੇਦਾਰਾਂ ਦੇ ਵਿੱਚੋਂ ਵੀ ਪਰਿਵਾਰ ਦਾ ਗੁਲਦਸਤਾ, ਜਿਹੜੇ ਇਸ ਪਰਿਵਾਰ ਨੂੰ, ਇਹਨਾਂ ਦਰਾਂ ਨੂੰ, ਇਹਨਾਂ ਬਰੂਹਾਂ ਨੂੰ, ਇਸ ਘਰ ਨੂੰ, ਇਸ ਘਰ ਦੇ ਜੀਆਂ ਨੂੰ ਬਹੁਤ ਵੱਡੇ ਤੌਰ ਦੇ ਉੱਤੇ ਮੋਹ ਮੁਹੱਬਤ ਕਰਦੇ ਨੇ, ਉਹਨਾਂ ਨੂੰ ਵੀ ਅਸੀਂ ਮਿਲਾਂਗੇ, ਪਰ ਮਿਲਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ, ਵੈਸੇ ਅਕਸਰ ਕਹਿੰਦੇ ਹੁੰਦੇ ਨੇ ਕਿ ਘਰ ਦੀ ਸਵਾਣੀ, ਜਾਂ ਜਦੋਂ ਲਾਈਫ ਪਾਰਟਨਰ ਹੋਵੇ ਤਾਂ ਉਹਨੂੰ ਜ਼ਿੰਦਗੀ ਦਾ ਹਾਫ ਹੀ ਕਹਿੰਦੇ ਨੇ, ਅਤੇ ਉਹ ਘਰ ਹੋਰ ਵੀ ਖੂਬਸੂਰਤ ਬਣ ਜਾਂਦੇ ਨੇ ਜਦੋਂ ਇੱਕ ਦੂਜੇ ਦੀ ਮਿਜ਼ਾ ਜਿਹੜੀ ਹੈ, ਜਿਹਨੂੰ ਪੰਜਾਬੀ ਦੇ ਵਿੱਚ ਮਜ਼ਾਜ ਕਹਿੰਦੇ ਆ, ਉਹ ਮਿਲ ਜਾਵੇ। ਜਦੋਂ ਮੈਂ ਘਰ ਦੇ ਵਿੱਚ ਆਇਆ ਤਾਂ ਇਸ ਕਹਾਣੀ ਵਾਸਤੇ, ਭੁੱਲਰ ਸਾਹਿਬ ਨੂੰ ਸੁਣਨ ਵਾਸਤੇ, ਜਾਂ ਇਸ ਘਰ ਦੇ ਵਿੱਚ ਇੱਕ ਮਾਹੌਲ ਕ੍ਰੀਏਟ ਕਰਨ ਵਾਸਤੇ, ਮੈਨੂੰ ਸੱਚਮੁੱਚ ਭੁੱਲਰ ਸਾਹਿਬ ਵਰਗਾ ਹੀ ਇੱਕ ਸ਼ਾਂਤ ਚਿਹਰਾ ਜਿਹੜਾ ਉਹ ਦੇਖਣ ਨੂੰ ਮਿਲਿਆ। ਅਤੇ ਮੈਨੂੰ ਇਹ ਪਤਾ ਲੱਗਿਆ ਵੀ ਇਹ ਭੁੱਲਰ ਸਾਹਿਬ ਦੇ ਵਾਈਫ ਨੇ, ਸਾਡੀ ਭੈਣ ਜੀ ਸਿਮਰਜੀਤ ਕੌਰ, ਔਰ ਜਿਨ੍ਹਾਂ ਦਾ ਜ਼ਿਕਰ ਭੁੱਲਰ ਸਾਹਿਬ ਨੇ ਆਪਣੀ ਸਟੋਰੀ ਦੇ ਸ਼ੁਰੂਆਤ ਦੇ ਵਿੱਚ ਕੀਤਾ ਕਿ ਹਰ ਇੱਕ ਬੰਦੇ ਦੇ ਵਿੱਚ ਸਕਸੈਸ ਵਾਸਤੇ ਕਿਸੇ ਔਰਤ ਦਾ ਵੀ ਹੱਥ ਹੁੰਦਾ। ਪਰ ਮਸਲਾ ਇਸ ਗੱਲ ਦਾ ਕਿ ਸਕਸੈਸ ਤਾਂ ਫਿਰ ਉਦੋਂ ਹੀ ਸ਼ੁਰੂ ਹੋ ਗਈ ਜਦੋਂ ਉਠੀਆਂ ਪਿੰਡ ਤੋਂ ਚੱਲ ਕੇ ਪੈਰ ਜਿਹੜੇ ਸੀ ਉਹ ਅਮਰੀਕਾ ਵਾਲੇ ਪਾਸੇ ਨੂੰ ਤੁਰੇ, ਅਤੇ ਉਸ ਦਾ ਜ਼ਰੀਆ ਜਿਹੜਾ, ਭਾਵੇਂ ਪਹਿਲਾਂ ਵੱਡੇ ਭਰਾ ਸੀ ਪਰ ਨਰਸਿੰਗ ਦੇ ਤੌਰ ਦੇ ਉੱਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਮੇਰੀ ਵਾਈਫ ਜ਼ਰੀਆ ਬਣੀ, ਉਹਨਾਂ ਦੇ ਆਧਾਰ ਦੇ ਉੱਤੇ ਅਸੀਂ ਐਜ਼ ਏ ਗ੍ਰੀਨ ਕਾਰਡ ਜਿਹੜੇ ਸੀ ਉਹ ਇੱਥੇ ਸੈਟਲਡ ਹੋਏ। ਭੁੱਲਰ ਸਾਹਿਬ ਬਾਰੇ ਕੁਝ ਜਾਣਾਂਗੇ ਜ਼ਰੂਰ ਭੈਣ ਜੀ ਸਿਮਰਜੀਤ ਉਹਨਾਂ ਕੋਲੋਂ। ਭੈਣ ਜੀ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਅਤੇ ਭੈਣ ਜੀ, ਮੈਂ ਭੁੱਲਰ ਸਾਹਿਬ ਦੇ ਸੁਭਾਅ ਬਾਰੇ ਜ਼ਰੂਰ ਜਾਣਨਾ ਚਾਹਾਂਗਾ ਤੁਹਾਡੇ ਕੋਲੋਂ ਕਿ ਜਿੰਨੇ ਠੰਡੇ ਆ। ਮੈਂ ਤਵੱਕੋਂ ਕਰਦਾ, ਵੈਸੇ ਤਾਂ ਕਹਿੰਦਾ ਨਹੀਂ ਕੋਈ ਬੰਦਾ ਹੁੰਦਾ ਵੀ ਘਰ ਦੇ ਵਿੱਚ ਲੜਾਈ ਲੜੂਈ ਹੋਵੇ, ਕਦੀ ਗੁੱਸੇ ਗੁੱਸੇ ਹੋਏ ਨੇ? ਨੋ, ਬਹੁਤ ਘੱਟ, ਬਹੁਤ ਘੱਟ ਅਸੀਂ ਹੁੰਦੇ ਹਾਂ ਗੁੱਸੇ, ਉਹ ਨਹੀਂ ਹੁੰਦੇ। ਤੁਸੀਂ ਦਬਕ ਦਿੰਦੇ ਹੋ ਕਿਤੇ, ਇੱਦਾਂ ਦੀ ਤਾਂ ਨਹੀਂ ਗੱਲ ਕੀਤੀ? ਦਬਕਾ ਸਹਿੰਦੇ ਤਾਂ ਨਹੀਂ ਹੈਗੇ, ਪਰ ਟਰਾਈ ਤਾਂ ਕਰੀ ਦੀ ਹੈ ਨਾ। ਵਾਹ ਜੀ ਵਾਹ। ਕੁਝ ਖਾਸ ਮਿੱਠੀਆਂ ਯਾਦਾਂ ਭੁੱਲਰ ਸਾਹਿਬ ਬਾਰੇ, ਕਿ ਕੋਈ ਮੂਮੈਂਟ ਦੇ ਵਿੱਚ, ਲਾਈਫ ਦੇ ਵਿੱਚ ਕਿਹੜਾ ਉਹਨਾਂ ਨੇ ਕਦੇ ਵੀ, ਮਤਲਬ ਇੱਕ ਹੈ ਕਿ ਕਹਿੰਦੇ ਨਾ ਪੰਜਾਬੀ ਦੀ ਕਹਿੰਦੇ ਵੀ ਘਿਓ ਦਾ ਘੜਾ ਰੁੜ ਜਾਏ ਅਤੇ ਕੁਛ ਨਹੀਂ ਕਹਿਣਾ, ਇਹ ਨੇਚਰ ਹੈ ਇਹਨਾਂ ਦੀ। ਵਾਹ। ਸਾਹਮਣੇ ਰੁੜਦਾ ਰੁੜ ਜਾਏ ਕੁਛ ਨਹੀਂ ਕਹਿਣਾ, ਇਸ ਤਰ੍ਹਾਂ ਵਾ। ਪਰਿਵਾਰ ਦੀ ਬਿਹਤਰੀ ਨਾਲੋਂ ਕੋਈ ਚੀਜ਼ ਚੰਗੀ ਨਹੀਂ ਹੈ, ਕੋਈ ਗੱਲ ਨਹੀਂ, ਗੁਆਚ ਗਿਆ ਹੋਰ ਬਣ ਜਾਏਗਾ। ਪਰਿਵਾਰ ਦੀ ਬਿਹਤਰੀ ਸਭ ਤੋਂ ਅੱਗੇ, ਪਹਿਲੇ ਉਹਨਾਂ ਕੋਲ, ਸਭ ਤੋਂ ਪਹਿਲੇ ਪਰਿਵਾਰ, ਕੋਈ ਗੱਲ ਨਹੀਂ। ਇਹ ਮੈਂ ਕਈ ਵਾਰ ਕਹਾਂਗੀ ਕਿ ਇਹ ਚੀਜ਼ ਟੁੱਟ, ਕੋਈ ਗੱਲ ਨਹੀਂ, ਫਿਰ ਕੀ ਹੋਇਆ, ਚੀਜ਼ ਟੁੱਟ ਗਈ, ਚੀਜ਼ ਹੋਰ ਆ ਜਾਏਗੀ, ਇਸ ਤਰ੍ਹਾਂ ਦਾ ਸਵਾਲ। ਇੱਕ ਬੇਸਬਰੀ ਕੋਈ ਹੈ ਨਹੀਂ ਕਿਸੇ ਚੀਜ਼ ਦੇ ਵਿੱਚ? ਬਹੁਤ ਜ਼ਿਆਦਾ, ਬਹੁਤ ਹੀ ਜ਼ਿਆਦਾ, ਕੁੱਟ ਕੁੱਟ ਕੇ ਪਤਾ ਨਹੀਂ ਰੱਬ ਨੇ ਕਿਉਂ ਦਿੱਤੀ ਹੋਈ ਹੈ, ਪੇਸ਼ੈਂਸ ਬਹੁਤ ਜ਼ਿਆਦਾ, ਸਭ ਤੋਂ ਜ਼ਿਆਦਾ ਪੇਸ਼ੈਂਸ ਹੈ। ਤੁਹਾਨੂੰ ਅਮਰੀਕਾ ਦੇ ਵਿੱਚ ਭੁੱਲਰ ਸਾਹਿਬ ਦੇ ਨਾਲ ਜਦੋਂ ਆਏ ਸੀ, ਅਪਾਰਟਮੈਂਟਾਂ ਦੇ ਵਿੱਚ ਰਹਿੰਦੇ ਸੀ, ਅੱਜ ਮਹਿਲਾਂ ਵਰਗੇ ਘਰਾਂ ਦੇ ਵਿੱਚ ਰਹਿੰਦੇ ਆ, ਕਦੋਂ ਦੀ ਜ਼ਿੰਦਗੀ ਖੂਬਸੂਰਤ ਲੱਗਦੀ ਹੈ, ਉਸ ਵੇਲੇ ਦੀ ਜਾਂ ਇਸ ਵੇਲੇ ਦੀ? ਪਤਾ ਨਹੀਂ ਰੈਡ ਸਾਹਿਬ, ਮੈਂ ਆਈ ਡੋਂਟ ਨੋ ਹਾਓ ਆਈ ਕੈਨ ਐਕਸਪਲੇਨ ਦਿਸ ਵਨ, ਕਿ ਜ਼ਰੂਰ ਉਸ ਜ਼ਿੰਦਗੀ ਤੋਂ ਉੱਪਰ ਆਣ ਕੇ ਇੱਥੇ ਵੀ ਆ ਗਏ ਹਾਂ, ਪਰ ਕੋਈ ਇੰਝ ਨਹੀਂ ਲੱਗਦਾ ਕਿ ਕੋਈ ਬੜਾ ਵੱਡਾ ਮਾਰਕਾ ਮਾਰਿਆ ਹੈ, ਠੀਕ ਆ, ਰਹਿ ਰਹੇ ਹਾਂ, ਇਸ ਤਰ੍ਹਾਂ ਲੱਗਦਾ ਵੀ ਰਹਿ ਰਹੇ ਹਾਂ। ਭੈਣ ਜੀ, ਬੱਚਿਆਂ ਦੀ ਪਰਵਰਿਸ਼ ਵੈਸੇ ਮਾਂ ਦੀ ਹੁੰਦੀ ਹੈ, ਪਰ ਪਿਓ ਦੀ ਅੱਖ ਅਤੇ ਪਿਓ ਦਾ ਡਰ ਜਿਹੜਾ ਉਹ ਬੱਚਿਆਂ ਦੇ ਉੱਤੇ ਹੁੰਦਾ। ਜਿੰਨੇ ਸ਼ਾਂਤ ਸੁਭਾਅ ਵਾਲੇ ਕਾਰੋਬਾਰ ਦੇ ਵਿੱਚ ਤੁਹਾਡੇ ਦੋਨੋਂ ਬੇਟੇ ਬੇਟੀ ਦਾ ਜ਼ਿਕਰ ਕੀਤਾ ਭੁੱਲਰ ਸਾਹਿਬ ਨੇ, ਉਹਨਾਂ ਦੀ ਪਰਵਰਿਸ਼ ਦੇ ਵਿੱਚ ਖਾਸ ਚੀਜ਼ਾਂ ਭੁੱਲਰ ਸਾਹਿਬ ਦੀਆਂ ਕਿਹੜੀਆਂ ਰਹੀਆਂ? ਪੇਸ਼ੈਂਸ, ਓਨਲੀ ਥਿੰਗ ਪੇਸ਼ੈਂਸ। ਉਹ ਕੁਛ ਵੀ ਮੰਗਣ ਉਹਨਾਂ ਨੂੰ ਦੇਣਾ, ਜਿੱਥੋਂ ਮਰਜ਼ੀ ਹੋਵੇ ਦੇਣਾ ਉਹਨਾਂ ਨੂੰ, ਬੱਚਿਆਂ ਨੂੰ। ਮੈਂ ਥੋੜ੍ਹੀ ਸਟ੍ਰਿਕਟ ਸੀ ਬੱਚਿਆਂ ਨਾਲ, ਉਹ ਨਹੀਂ ਸੀ। ਜਿੱਡਾ ਵੱਡਾ ਪਰਿਵਾਰ ਹੈ, ਜਿੱਡਾ ਭਰਾਵਾਂ ਦਾ ਪਰਿਵਾਰ ਹੈ, ਕਈ ਵਾਰੀ ਜਦੋਂ
ਪੜ੍ਹੀਆਂ ਲਿਖੀਆਂ ਵਾਈਫਸ ਹੋਣ ਉਹ ਕਹਿ ਦਿੰਦੀਆਂ ਨੇ ਜੀ ਇੱਥੇ ਨਹੀਂ ਤੁਸੀਂ ਜਾਣਾ, ਇੱਥੇ ਨਹੀਂ ਮਿਲਣਾ, ਪਰ ਤੁਹਾਡੇ ਪਰਿਵਾਰ ਦੇ ਵਿੱਚ ਇਕੱਠ ਰੱਖਿਆ। ਕਦੇ ਤੁਸੀਂ ਇੱਦਾਂ ਦੀ ਗੱਲ ਤੁਹਾਡੇ ਪਰਿਵਾਰ ਦੇ ਵਿੱਚ ਆਈ ਹੈ ਕਿ ਔਰਤਾਂ ਨੇ ਕਿਹਾ ਜੀ ਉਹਦੇ ਨਾਲ ਵੀ ਗੁੱਸੇ ਹਾਂ ਅਸੀਂ, ਉਹਦੇ ਨਹੀਂ ਜਾਣਾ ਜਾਂ ਆਹ ਨਹੀਂ ਕਰਨਾ? ਨਹੀਂ ਨਹੀਂ, ਸਾਡੇ ਹੀ ਇਜ਼ ਵੈਰੀ ਹੈਲਪਫੁਲ ਟੂ ਐਵਰੀਬਾਡੀ ਐਕਚੁਅਲੀ, ਵੈਰੀ ਵੈਰੀ ਮੱਚ। ਇਵਨ ਨਾ ਤਾਂ ਪਰਿਵਾਰ ਨੂੰ ਤਾਂ ਨਹੀਂ, ਬਾਹਰੋਂ ਕੋਈ ਹੁਣ ਆਣ ਕੇ ਹੈਲਪ ਕਹਿਣਾ ਮੈਨੂੰ ਤਾਂ ਉਹਦੀ ਵੀ ਕਰਨਗੇ। ਵੈਰੀ ਗੁੱਡ, ਦੈਟਸ ਦ ਕਾਈਂਡ ਆਫ ਪਰਸਨ ਹੀ ਇਜ਼। ਖਾਸ ਕੋਈ ਗੱਲ ਕਹਿਣੀ ਚਾਹੋਗੇ ਭੁੱਲਰ ਸਾਹਿਬ ਬਾਰੇ? ਆਈ ਐਮ ਜਸਟ ਸੇਇੰਗ ਕਿ ਆਈ ਐਮ ਵੈਰੀ ਲੱਕੀ ਟੂ ਹੈਵ ਅ ਪਾਰਟਨਰ ਲਾਈਕ ਦੈਟ, ਯੂ ਨੋ। ਦੋਸਤੋ, ਖਾਸ ਤੌਰ ਦੇ ਉੱਤੇ ਇੱਕ ਗੱਲ ਕਹੀ ਗਈ ਹੈ ਰਿਸ਼ਤਿਆਂ ਦੇ ਵਿੱਚ ਕਿ ਖੂਨ ਦੇ ਰਿਸ਼ਤੇ ਅਤੇ ਧਰਤੀ ਦੇ ਰਿਸ਼ਤੇ ਜਿਹੜੇ ਨੇ ਨਾ ਉਹ ਬਹੁਤ ਪਾਕ ਪਵਿੱਤਰ ਹੁੰਦੇ ਨੇ। ਅੱਜ ਭੁੱਲਰ ਪਰਿਵਾਰ ਦੇ ਵਿੱਚ ਮੈਂ ਬੈਠਾ ਹੋਇਆ, ਇੱਥੇ ਜਿੰਨੇ ਵੀ ਬੰਦੇ ਬੈਠੇ ਹੋਏ ਨੇ ਚਾਹੇ ਉਹ ਖੂਨ ਦੇ ਰਿਸ਼ਤੇ ਨੇ, ਧਰਤੀ ਦੇ ਰਿਸ਼ਤੇ ਨੇ, ਉਹ ਇੱਕੋ ਜਿਹੇ ਰਿਸ਼ਤੇ ਨੇ ਅਤੇ ਇਹ ਧਰਤੀ ਜਿਹੜੀ ਉਹ ਆਪਣੇ ਆਪ ਦੇ ਵਿੱਚ ਮੂੰਹ ਚੜ੍ਹ ਕੇ ਬੋਲਦੀ ਹੈ। ਭੁੱਲਰ ਪਰਿਵਾਰ ਦੇ ਸਾਰੇ ਭਰਾ ਜਿਹੜੇ ਆ, ਜਿਨ੍ਹਾਂ ਦੇ ਵਿੱਚੋਂ ਕਈ ਅੱਜ ਕੁਛ ਕੰਮਾਂ ਕਰਕੇ ਗੈਰ ਹਾਜ਼ਰ ਵੀ ਹੈ, ਪਰ ਜਿਨ੍ਹਾਂ ਦੇ ਵਿੱਚੋਂ ਇੱਕ ਵੱਡੇ ਭਰਾ ਗੁਰਦਿਆਲ ਸਿੰਘ ਜੀ, ਪੰਜਾਬੀਆਂ ਬਾਰੇ ਗੱਲਬਾਤ ਹੈ ਨਾ ਜੀ ਕਿ ਜਿਹੜੇ ਪੰਜਾਬੀ ਹੈ ਉਹਨਾਂ ਨੂੰ ਕੁਝ ਵੀ ਨਾ ਆਉਂਦਾ ਹੋਵੇ ਅਤੇ ਉਹ ਹਰ ਕੰਮ ਦੇ ਵਿੱਚ ਜੁਗਾੜ ਜ਼ਰੂਰ ਲਾ ਲੈਂਦੇ ਨੇ। ਉਹ ਵੀ ਅਮਰੀਕਾ ਦੇ ਵਿੱਚ ਆਏ, ਉਹਨਾਂ ਨੇ ਕੋਈ ਭਾਵੇਂ ਉਹ ਐਜੂਕੇਸ਼ਨ ਨਹੀਂ ਲਈ, ਪਰ ਉਹਨਾਂ ਨੇ ਆਪਣੇ ਪਰਿਵਾਰ ਨੂੰ ਬੜੀ ਵੱਡੀ ਪਰਵਰਿਸ਼ ਦਿੱਤੀ ਔਰ ਫਿਰ ਵੀ ਉਹ ਆਪਣੇ ਪਰਿਵਾਰ ਦੇ ਵਿੱਚ ਇੱਕ ਵੱਡੇ ਹੋਣ ਦਾ ਮਾਣ ਮਹਿਸੂਸ ਕਰਦੇ। ਗੁਰਦਿਆਲ ਸਿੰਘ, ਮੈਂ ਗੁਰਦਿਆਲ ਸਿੰਘ ਹੋਰਾਂ ਕੋਲੋਂ ਅੱਜ ਜ਼ਰੂਰ ਪੁੱਛਣਾ ਚਾਹਾਂਗਾ ਕਿ ਗੁਰਦਿਆਲ ਸਿੰਘ ਜੀ, ਤੁਸੀਂ ਭਾਅ ਜੀ ਦਲਵੀਰ ਹੋਰਾਂ ਬਾਰੇ, ਦਲਵੀਰ ਸਿੰਘ ਹੋਰਾਂ ਦੇ ਪਰਿਵਾਰ ਬਾਰੇ, ਆਪਣੇ ਪਰਿਵਾਰ ਬਾਰੇ ਥੋੜ੍ਹੇ ਜਿਹੇ ਸ਼ਬਦਾਂ 'ਚ ਕੀ ਕਹੋਗੇ? ਇਹਦਾ ਜੀ ਬਸ ਇਸ ਤਰ੍ਹਾਂ ਆਏ, ਇਹ ਮੇਥੋਂ ਪਹਿਲਾਂ ਆਏ, ਮੈਂ 1980 'ਚ ਆਇਆ ਸਾਂ ਜੀ। ਸੋ ਇੱਥੇ ਇਹਨਾਂ ਮੇਰੀ ਬੜੀ ਮਦਦ ਕੀਤੀ ਆ, ਫਿਰ ਇਹਨਾਂ ਮੈਨੂੰ ਪੜ੍ਹਾਇਆ ਵੀ ਆ। 2 ਸਾਲ ਦੇ ਮੈਂ ਬਾਅਦ ਮੈਂ ਕੰਮ ਕਰਦਾ ਰਿਹਾ, ਉਸ ਤੋਂ ਬਾਅਦ 2 ਸਾਲ ਫਿਰ ਮੈਨੂੰ ਇਹਨਾਂ ਕਾਮਯਾਬ ਹੋਰ ਕੀਤਾ। ਫਿਰ ਮੈਂ ਟੈਕਸੀ ਫੜੀ, ਟੈਕਸੀ ਫੜ ਕੇ ਬੱਚੇ ਪੜ੍ਹਾਏ, ਬੱਚੇ ਕਾਮਯਾਬ ਹੋਏ। ਫਿਰ ਉਸ ਤੋਂ ਬਾਅਦ ਮੈਂ ਹੋਰ ਕੰਮ ਨੂੰ ਬਹੁਤ ਤਗੜਾ ਹਾਂ, ਅਤੇ ਇਸ ਵਾਸਤੇ ਮੈਂ ਟੈਕਸੀ, ਉਹਨਾਂ ਸਮੇਂ ਟੈਕਸੀ ਬਹੁਤ ਪੈਸੇ ਬਣਾਉਂਦੀ ਸੀ। ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਵੱਡੇ ਸੀ ਅਤੇ ਇਹਨਾਂ ਨੇ ਤੁਹਾਨੂੰ ਪੜ੍ਹਾਇਆ ਕਿਵੇਂ? ਪੜ੍ਹਾਇਆ ਇਹ ਉਦੋਂ ਮੈਂ ਤਾਂ ਨਪਾੜ ਸਾਂ ਬਿਲਕੁਲ, ਇਹਨਾਂ ਮੈਨੂੰ ਫਿਰ ਇੱਥੇ ABC ਲਿਖ ਕੇ ਦੇਣੀ ਅਤੇ ਉੱਥੋਂ ਮੈਂ ਪੜ੍ਹ ਕੇ ਅਤੇ ਕਾਮਯਾਬ ਹੋਇਆ। ਫਿਰ ਮੈਂ 2 ਸਾਲ ਚਰਚ ਵੀ ਜਾਂਦਾ ਰਿਹਾ ਪੜ੍ਹਨ, ਚਰਚ ਤੋਂ ਇੰਗਲਿਸ਼ ਮੈਂ ਸਿੱਖੀ ਹੌਲੀ ਹੌਲੀ। ਫਿਰ ਉਸ ਤੋਂ ਬਾਅਦ ਮੈਂ ਟੈਕਸੀ 'ਚ ਆ ਗਿਆ, ਪਹਿਲਾਂ ਮੈਂ PGR 'ਤੇ 5 ਸਾਲ ਕੰਮ ਕੀਤਾ। ਵਾਹ, ਦੁਕਾਨਾਂ ਸਾਰੀਆਂ ਦਾ ਤੁਹਾਨੂੰ ਪਤਾ? ਹਾਂ, ਇਸ ਤਰ੍ਹਾਂ ਹੌਲੀ ਹੌਲੀ ਫਿਰ ਮੈਂ ਟੈਕਸੀ ਗਿਆ, ਟੈਕਸੀ ਬੜਾ ਕੰਮ ਕੀਤਾ, ਹਾਰਡ ਵਰਕ ਕੀਤਾ। ਜਿਹੜੇ ਸ਼ਾਮ ਨੂੰ ਆਖਣਾ, ਕਈਆਂ ਨੇ ਭੱਜ ਜਾਣਾ, ਕਈ ਦੁਪਹਿਰੇ ਭੱਜ ਜਾਂਦੇ ਸੀ, ਯਾਰ ਗਰਮੀ ਬੜੀ ਆ, ਅਤੇ ਮੈਂ ਨਹੀਂ ਭੱਜਦਾ, ਤਗੜਾ ਹਾਂ, 12-12 ਘੰਟੇ ਕੰਮ ਕਰਨਾ। ਚਲੋ ਬੱਚੇ ਪੜ੍ਹ ਗਏ, ਕਾਮਯਾਬ ਹੋ ਗਏ। ਫਿਰ ਮੈਂ ਉਸ ਤੋਂ 2006 'ਚ ਮੈਂ ਘਰ ਪੇਡ ਆਫ ਕਰ ਲਿਆ। ਫਿਰ ਮੇਰੇ ਕੋਲ 5-6 ਗੱਡੀਆਂ ਹੁੰਦੀਆਂ, ਉਦੋਂ ਰੈਂਟ 'ਤੇ ਦਿੱਤੀਆਂ ਹੁੰਦੀਆਂ ਸਰ। ਸੋ ਬਿਜ਼ਨਸਮੈਨ ਪੂਰੇ ਬਣ ਗਏ? ਪੂਰੇ ਜੀ, ਪੂਰੇ ਬਣ ਗਏ। ਮੈਂ ਸਰ ਦਲਵੀਰ ਸਿੰਘ ਜੀ, ਮੈਂ ਇੱਕ ਤੁਹਾਨੂੰ ਰਿਕੁਐਸਟ ਕਰੂੰਗਾ ਵੀ ਜਿੰਨੇ ਕੁ ਆਪਣੇ ਭੈਣ ਭਰਾ ਸਾਰੇ ਬੈਠੇ ਆ, ਇਹਨਾਂ ਦੀ ਇੰਟਰੋਡਕਸ਼ਨ ਤੁਸੀਂ ਕਰਵਾ ਦਿਓ ਸਾਰੇ ਮਾਈਕ ਲੈ ਕੇ ਜ਼ਰੂਰ, ਕਿਉਂਕਿ ਮੈਂ ਚਾਹਾਂਗਾ ਜੀ ਸਾਰੀਆਂ। ਇਹ ਜੀ ਆਪਣੇ ਸੁਬੇਕ ਸਿੰਘ ਆ ਜੀ, ਇਹ ਮੇਰੇ ਪਿੰਡ ਤੋਂ ਆ ਜੀ, ਮੇਰੇ ਸਾਂਢੂ ਸਾਹਿਬ ਹੀ ਆ, ਅਤੇ ਆਪਣੇ ਅਗਲੇ ਬੰਨੇ ਮਹਿੰਦਰ ਉੱਥੀ ਨੇ, ਇਹ ਆਪਣੇ ਪਿੰਡ ਤੋਂ ਆਪਣੇ ਲਾਈਕ ਨੈਫਿਊ, ਅਤੇ ਇਹ ਆਪਣੇ ਬਿਜ਼ਨਸ ਪਾਰਟਨਰ ਵੀ ਆ, ਅਤੇ ਇਹ ਨੈਫਿਊ ਆ ਮੇਰੇ, ਰੀਅਲ ਨੈਫਿਊ, ਇਹਨਾਂ ਦੇ ਬੱਚੇ ਆ। ਠੀਕ ਹੈ, ਇਹ ਵੀ ਬਿਜ਼ਨਸ 'ਚ ਨੇ, ਲਿਕਰ ਸਟੋਰ ਆ ਅੱਗੇ, ਉਹਨਾਂ ਦੀ ਵਾਈਫ ਬੈਠੀ, ਬਹੁਤ ਸਾਰੇ ਅੱਛੇ ਨੇ। ਇਹ ਅੱਗੇ ਪਵਨ ਜੀ ਆ ਆਪਣੇ, ਇਹਨਾਂ ਦੇ ਮਹਿੰਦਰ ਦੇ ਆਪਣੇ ਇਹਨਾਂ ਦੀ ਵਾਈਫ ਆ। ਉਹ ਅੱਗੇ ਬਲਜੀਤ ਕੌਰ ਆ, ਉਹ ਇਹਨਾਂ ਦੀ ਵਾਈਫ ਆ, ਮੇਰੀ ਸਾਲੀ ਆ। ਉਹ ਅਗਲੀ ਉਹ ਸਾਲੇ ਤੋਂ, ਕਿ ਸਾਲੇ ਆ ਰਿਹਾ, ਉਹ ਆ ਬੈਠਾ ਸਾਲਾ ਸਾਹਿਬ, ਉਹ ਸਾਡੇ ਭੈਣ ਜੀ ਨੇ, ਉਹ ਆਪਣੇ ਬੇਟੇ ਦੇ ਮਦਰ ਲਾ ਨੇ, ਉਹ ਇੰਡੀਆ ਤੋਂ ਆਏ ਆ ਜੀ। ਅਤੇ ਅੱਗੇ ਉਹ ਭੈਣ ਜੀ ਸਾਡੇ, ਇਹ ਭਾਅ ਜੀ ਤੋਰ ਨੇ ਸਾਡੇ ਲਾਈਕ ਬ੍ਰਦਰ। ਠੀਕ ਹੈ, ਪਿਛੇ 40 ਸਾਲ ਤੋਂ ਇਕੱਠੇ ਆਏ ਅਮਰੀਕਾ 'ਚ, ਇਕੱਠੇ ਰਹੇ ਹਾਂ ਤੂਰ ਸਾਹਿਬ 'ਚ ਤੁਸੀਂ? ਹਾਂਜੀ, ਕਿਆ ਬਾਤ। ਬਸ, ਅਤੇ ਅੱਗੇ ਉਹ ਭਰਜਾਈ ਜੀ ਨੇ ਸਾਡੇ, ਅਤੇ ਉਹ ਡਾਕਟਰ ਸਾਹਿਬ ਦੇ ਮਿਸਿਜ਼ ਨੇ, ਇਹ ਵੀ ਅੱਜ ਕੱਲ੍ਹ ਰਿਟਾਇਰ ਨੇ, ਇਹਨਾਂ ਵੀ ਨਰਸਿੰਗ 'ਚੋਂ ਰਿਟਾਇਰਮੈਂਟ ਲਈ ਆ। ਅੱਗੇ ਸਾਡੇ ਭਰਜਾਈ, ਉਹ ਇਹਨਾਂ ਦੇ ਵਾਈਫ ਨੇ, ਉਹ ਬੇਟੀ ਆ ਸਾਡੀ, ਨੀਸ ਆ ਉਹਨਾਂ ਦੀ। ਆਹ ਨਵੀਂ ਸਿੰਘ ਆ, ਉਹ ਡਾਕਟਰ ਸਾਹਿਬ ਦਾ ਬੇਟਾ, ਇਹਨਾਂ ਤੁਸੀਂ ਜਾਣਦੇ, ਆਮ ਹੀ ਪ੍ਰੋਗਰਾਮਾਂ 'ਚ ਰਹਿੰਦਾ ਹੈ, ਅਤੇ ਉਹ ਆਪਣੇ
ਨੂਰਾਨੀ ਆ ਉਹ ਜੈਰੀ ਮੈਸੇਜ ਆ ਤੇ ਜਤਿੰਦਰਪਾਲ ਜਤਿੰਦਰਪਾਲ ਬਿਲਕੁਲ ਬਿਲਕੁਲ ਛੋਟਾ ਜੇਲਮ ਸੌਂ ਗਿਆ ਜੇਲਮ ਸੌਂ ਜਨਾਇਆ ਦਾ ਨਾਲ ਉਹ ਜਨਾਹ ਚ ਰਹਿ ਗਈ ਸਾਡੀ ਉਹ ਹਾਂ ਹਾਂਜੀ ਉਹ ਜੇਲਮ ਤੋਂ ਵੱਡੀ ਆ ਜੀ ਕੀ ਬਾਤ ਹੈ ਸਾਡੀ ਲਾਡਲੀ ਕੁੜੀ ਹੈ ਵੱਡੀ ਤੇ ਇਹ ਮਨਜਿੰਦਰ ਸਿੰਘ ਆ ਇਹ ਸਾਡੇ ਜਵਾਈ ਇਹਨਾਂ ਦਾ ਜਵਾਈ ਉਹ ਲੜਕੀ ਆ ਇਹ ਭਾਜੀ ਰੀ ਇੰਡੀਆ ਤੋਂ ਆਏ ਨੇ ਇਹ ਫਾਦਰ ਲਾ ਨੇ ਜਾਈ ਦੇ ਉਹਨਾਂ ਦੇ ਮਿਸਿਜ਼ ਉਹ ਨੇ ਇਹ ਰੇਸ਼ਮ ਸਿੰਘ ਬ੍ਰਦਰ ਲਾ ਤੇ ਉਹਨਾਂ ਦੇ ਮਿਸੇ ਬੈਠੇ ਆ ਕੀ ਬਾਤ ਹੈ ਕੀ ਬਾਤ ਹੈ ਮੇਰਾ ਨਾਂ ਸ਼ਬੇਕ ਸਿੰਘ ਵਿਰਕਾ ਦਲਬੀਰ ਸਿੰਘ ਭੁੱਲ ਮੇਰੇ ਸਾਂਢੂ ਨੇ ਇਹਨਾਂ ਬਾਰੇ ਕੀ ਕਿਹਾ ਜਾਵੇ ਵੀ ਪਿੰਡ ਉੱਠੀਆਂ ਦੇ ਘੱਟ ਤੋਂ ਘੱਟ 100-125 ਬੰਦਾ ਜਿਹੜਾ ਇਹਨਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਇੱਥੇ ਅਮਰੀਕਾ 'ਚ ਪਹੁੰਚਾਇਆ ਅਤੇ ਹਰ ਢੰਗ ਨਾਲ ਉਹਨਾਂ ਦੀ ਹੈਲਪ ਕੀਤੀ ਆ ਬਹੁਤ ਹੀ ਨੇਕ ਇਨਸਾਨ ਨੇ ਜਿੱਥੇ ਇਹਨਾਂ ਨੇ ਆਪਣਾ ਬਿਜ਼ਨਸ ਬਹੁਤ ਬੁਲੰਦੀਆਂ 'ਤੇ ਪਹੁੰਚਾਇਆ ਬਾਕੀ ਸਾਰਿਆਂ ਪਰਿਵਾਰਾਂ ਦੀ ਵੀ ਬਹੁਤ ਵੱਡੀ ਹੈਲਪ ਕੀਤੀ ਆ ਇਹ ਦਲਵੀਰ ਸਿੰਘ ਭੁੱਲਰ ਮੇਰੇ ਦੇਵਰ ਹੈ ਇਹਨਾਂ ਦੀ ਜਿੰਨੀ ਤਾਰੀਫ ਕਰ ਲਓ ਉੰਨੀ ਘੱਟ ਹੈ ਹੀ ਇਜ਼ ਵੈਰੀ ਟੋਲਰੇਬਲ ਪਰਸਨ ਐਂਡ ਬਹੁਤ ਹੀ ਅੱਛੇ ਸੁਭਾਅ ਦੇ ਆ ਹਰ ਇੱਕ ਦੇ ਨਾਲ ਮਿਲ ਜੁਲ ਕੇ ਰਹਿਣਾ ਔਰ ਕਾਫੀ ਅੱਛਾ ਜੁਗਾੜ ਉਹਨਾਂ ਨੇ ਬਣਾਇਆ ਇੱਥੇ ਜਿਨ੍ਹਾਂ ਦੇ ਨਾਲ ਅਸੀਂ ਮਿਲ ਜੁਲ ਕੇ ਔਰ ਮੇਰੀ ਦਰਾਣੀ ਸਾਹਿਬਾਂ ਅਸੀਂ 32 ਸਾਲ ਕੰਮ ਕੀਤਾ ਆਲਮੋਸਟ ਟੁਗੈਦਰ ਇੱਕ ਥਾਂ 'ਤੇ ਅਤੇ ਸਾਡਾ ਬੜਾ ਭੈਣਾਂ ਵਾਂਗ ਰਿਹਾ ਆ ਜਿਸ ਤਰ੍ਹਾਂ ਵੀ ਪਰ ਜੋਬ ਦੇ ਉੱਤੇ ਜਿਵੇਂ ਭੈਣ ਜੀ ਨਹੀਂ ਕਿਹਾ ਜਾਂਦਾ ਉਦੋਂ ਮੈਂ ਬਲਵੀਰ ਸੀ ਅਤੇ ਜਦੋਂ ਅਸੀਂ ਉੱਥੋਂ ਨਿਕਲ ਆਉਣਾ ਉਸ ਵੇਲੇ ਇਹਨਾਂ ਨੇ ਫਿਰ ਭੈਣ ਜੀ ਕਹਿਣਾ ਅਤੇ ਮੈਨੂੰ ਬੜਾ ਹੀ ਚੰਗਾ ਲੱਗਣਾ ਕਿ ਇੱਕ ਫਰੈਂਡਸ਼ਿਪ ਕਾਇਮ ਰਿਹਾ ਆ ਤੁਸੀਂ ਇਹ ਤਾਂ ਬੜੇ ਠੰਡੇ ਸੁਭਾਅ ਦੇ ਨੇ ਮੈਂ ਤੁਸੀਂ ਕਿਹਾ ਜੀ ਇਹ ਮੇਰੇ ਦੇਵਰ ਹੈ ਹਾਂਜੀ ਅਤੇ ਤੁਸੀਂ ਇਹਨਾਂ ਨੇ ਦੱਸਿਆ ਵੀ ਅਸੀਂ ਸਾਰਾ ਪਰਿਵਾਰ ਇਕੱਠੇ ਹੁੰਦੇ ਹਾਂ ਵਿਆਹ ਸ਼ਾਦੀਆਂ ਦੇ ਮੌਕੇ ਇਹਨਾਂ ਨੂੰ ਕੁੰਡੇ ਨਾਲ ਪਸਾਉਂਦੇ ਹੁੰਦੇ ਆ ਵੀ ਛੋਟਾ ਦੇਵਰਾ ਕੁੰਡੀ ਨਾਲ ਅੜਿਆ ਵੇ ਛੋਟਾ ਦੇਵਰਾ ਭਾਬੀ ਨਾਲ ਲੜਿਆ ਵੇ ਕਿਤੇ ਮੇਰਾ ਸ਼ੁਰੂ ਤੋਂ ਹੀ ਸੁਭਾਅ ਜਿਹੜਾ ਆ ਨਾ ਉਹ ਹਾਸੇ ਮਖੌਲ ਵਾਲਾ ਆ ਇਹ ਵਿਚਾਰਾ ਝੱਲ ਲੈਂਦਾ ਇਹਨੇ ਹੱਸਣਾ ਹੀ ਆ ਕੁਛ ਨਹੀਂ ਹੋਰ ਮੋਹਰਿਓਂ ਬੋਲਣਾ ਇਹਨੇ ਕੁੰਡੇ ਨਾਲ ਨਹੀਂ ਅੜਦਾ ਨਹੀਂ ਕੀ ਬਾਤ ਹੈ ਨਾ ਅਸੀਂ ਕੋਸ਼ਿਸ਼ ਹੀ ਕੀਤੀ ਕਿਉਂਕਿ ਜੇ ਤਾਂ ਠੀਕ ਸੁਭਾਅ ਨਾ ਹੋਵੇ ਤਾਂ ਕੁੰਡੀ ਲਾਉਣ ਦੀ ਲੋੜ ਹੈ ਤੇ ਹੀ ਇਜ਼ ਲਾਈਕ ਅ ਲਿਟਲ ਯੰਗਰ ਬ੍ਰਦਰ ਟੂ ਮੀ ਵੈਰੀ ਗੁੱਡ ਵੈਰੀ ਗੁੱਡ ਐਸੀ ਨਹੀਂ ਗੱਲ ਕੋਈ ਮੈਂ ਜ਼ਰੂਰ ਇਸ ਪੜਾਅ ਦੇ ਵਿੱਚ ਜਤਿੰਦਰ ਕੋਲੋਂ ਆਪਣੇ ਪੇਰੈਂਟਸ ਬਾਰੇ ਮਾਮ ਡੈਡ ਬਾਰੇ ਛੋਟੇ ਹੁੰਦਿਆਂ ਤੋਂ ਹੁਣ ਤੱਕ ਕਾਮਯਾਬ ਸਕਸੈਸ ਬਿਜ਼ਨਸਮੈਨ ਬਣਨ ਤੱਕ ਦੀ ਕੋਈ ਗੱਲ ਜ਼ਰੂਰ ਪੁੱਛਣੀ ਚਾਹਾਂਗਾ ਕੀ ਕਹੋਗੇ ਆਪਣੇ ਫਾਦਰ ਬਾਰੇ ਔਰ ਮਦਰ ਬਾਰੇ ਮਾਈ ਪੇਰੈਂਟਸ ਆਰ ਗ੍ਰੇਟ ਮੰਮੀ ਡੈਡੀ ਬਹੁਤ ਵਧੀਆ ਹੈਗੇ ਆ ਸਾਨੂੰ ਬਹੁਤ ਕੁਛ ਸਿਖਾਇਆ ਅਤੇ ਬਹੁਤ ਹੈਲਪ ਕੀਤਾ ਲਾਈਫ 'ਚ ਤੁਸੀਂ ਐਸਕ ਨਹੀਂ ਕਰ ਸਕਦੇ ਵੀ ਕੋਈ ਜ਼ਿਆਦਾ ਵਧੀਆ ਪੇਰੈਂਟਸ ਮਿਲੇ ਲਾਈਫ ਦੇ ਵਿੱਚ ਕੋਈ ਛੋਟੇ ਹੁੰਦਿਆਂ ਦੀ ਮੈਮਰੀ ਕਦੇ ਡੈਡੀ ਨੇ ਕੁੱਟਿਆ ਹੋਵੇ ਛੋਟੇ ਹੁੰਦਿਆਂ ਨੂੰ ਨਹੀਂ ਡੈਡੀ ਨੇ ਪਤਾ ਨਹੀਂ ਕੁੱਟਿਆ ਮੰਮੀ ਤਾਂ ਕੁੱਟਦੀ ਹੋਵੇ ਮੰਮੀ ਤਾਂ ਕੁੱਟਦੀ ਸੀ ਮੰਮੀ ਕੁੱਟਦੇ ਸੀ ਨਾ ਕੰਪਲੇਂਟ ਆ ਗਈ ਹੈ ਇਸ ਗੱਲ ਦੀ ਕੰਪਲੇਂਟ ਆ ਗਈ ਹੈ ਠੀਕ ਹੈ ਠੀਕ ਹੈ ਡੈਡੀ ਨੇ ਕੁੱਟਿਆ ਮੰਮੀ ਨੇ ਜ਼ਰੂਰ ਕੁੱਟਿਆ ਹੈ ਨਾ ਜੀ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਕਿ ਇਸ ਦੀਆਂ ਲੰਗਰਾਂ ਇਸ ਦੀਆਂ ਹੋਰ ਸ਼ਾਖਾਵਾਂ ਇਸ ਦੀਆਂ ਟਾਹਣੀਆਂ ਜਿਹੜੀਆਂ ਨੇ ਇਸ ਦੇ ਆਉਣ ਵਾਲੇ ਵੀ ਬੱਚੇ ਇਸੇ ਤਰ੍ਹਾਂ ਚੰਦ ਵਰਗੀ ਠੰਡੀ ਚਾਨਣੀ ਜਿਹੜੀ ਹੈ ਆਪਣੇ ਸੁਭਾਅ ਦੇ ਵਿੱਚ ਜ਼ਰੂਰ ਵੰਡਦੇ ਰਹਿਣਗੇ ਅੰਤਕਾ ਵੱਲੋਂ ਵੱਧਦੇ ਹਾਂ ਕੁਛ ਜ਼ਰੂਰੀ ਗੱਲਾਂ ਪਰਿਵਾਰ ਤੋਂ ਹਟ ਕੇ ਦਲਵੀਰ ਸਿੰਘ ਭੁੱਲਰ ਹੋਰਾਂ ਨਾਲ ਅਗਲੇ ਪੜਾਅ ਦੇ ਵਿੱਚ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੋਸਤੋ ਸਾਡੇ ਨਾਲ ਨੇ ਸਰਦਾਰ ਦਲਵੀਰ ਸਿੰਘ ਭੁੱਲਰ ਔਰ ਬਕਾਇਦਾ ਤੌਰ ਦੇ ਉੱਤੇ ਤੁਸੀਂ ਮਿਲੇ ਹਾਂ ਇੱਥੇ ਬਕਾਇਦਾ ਤੌਰ 'ਤੇ ਸਾਰੇ ਪਿੰਡ ਦੇ ਨਹੀਂ ਆਪਣੇ ਜਿਹੜੇ ਕੋਈ ਭਾਈ ਭਤੀਜੇ ਉਹ ਰਿਸ਼ਤੇਦਾਰ ਜਦੋਂ ਮੋਹ ਮੁਹੱਬਤ ਦੀ ਗੱਲ ਆਉਂਦੀ ਹੈ ਤਾਂ ਫਿਰ ਉਹਨਾਂ ਰਿਸ਼ਤਿਆਂ ਨੂੰ ਬੰਦਾ ਕਹਿੰਦਾ ਕੀ ਨਾਂ ਦੇਈਏ ਅਤੇ ਜਦੋਂ ਕਹੀਏ ਵੀ ਇਹ ਸਾਰੇ ਫੁੱਲ ਇਹ ਸਾਰੇ ਪੱਤੇ ਜਿਹੜੇ ਨੇ ਇਹ ਆਪਣੇ ਘਰ ਦੇ ਚੁਗਿਰਦੇ ਦੇ ਨੇ ਤਾਂ ਮਨ ਜ਼ਰੂਰ ਖੁਸ਼ ਹੁੰਦਾ ਪਰ ਮੈਂ ਬੜੀਆਂ ਗੱਲਾਂ ਜਿਹੜੀਆਂ ਸੀ ਉਹ ਭੁੱਲਰ ਸਾਹਿਬ ਨਾਲ ਕਰਨੀਆਂ ਮੇਰੀਆਂ ਰਹਿੰਦੀਆਂ ਨੇ ਪਰ ਮੈਂ ਇਹ ਕੁਛ ਗੱਲਾਂ ਜਿਹੜੀਆਂ ਜ਼ਰੂਰ ਪੁੱਛਾਂਗਾ ਭੁੱਲਰ ਸਾਹਿਬ ਅੱਜ ਜਿਵੇਂ ਅਸੀਂ ਆਏ ਹਾਂ ਮੈਨੂੰ ਇਹ ਉਮੀਦ ਨਹੀਂ ਸੀ ਕਿ ਇੱਥੇ 40-50 ਬੰਦੇ ਬੀਬੀਆਂ ਜਿਹੜੀਆਂ ਨੇ ਉਹ ਇਕੱਠੇ ਹੋਏ ਹੋਣਗੇ ਅੱਜ ਸਾਰੇ ਬੜੇ ਚਾਅ ਨਾਲ ਮੈਨੂੰ ਮਿਲੇ ਔਰ ਮੈਂ ਰੀਅਲੀ ਕਿ ਮੈਂ ਇਕੱਲੀ ਸਟੋਰੀ ਲਈ ਆਇਆ ਸੀ ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਥੋਂ ਆਪ ਬਜ਼ਾਤੇ ਖੁਦ ਯਾਦਗਾਰੀ ਪਲ ਲੈ ਕੇ ਜਾ ਰਿਹਾ ਇਹ ਅੱਜ ਸਪੈਸ਼ਲ ਬੰਦੇ ਬੁਲਾਏ ਸੀ ਜਾਂ ਇਸ ਤਰ੍ਹਾਂ ਜਿਹੜੀ ਆ ਉੱਠੀਆਂ ਵਾਲਿਆਂ ਦੀ ਰਿਸ਼ਤੇਦਾਰਾਂ ਦੀ ਭੈਣ ਭਰਾਵਾਂ ਦੀ ਮਹਿਫਲ ਅਕਸਰ ਕਿਤੇ ਲੱਗਦੀ ਰਹਿੰਦੀ ਹੈ ਹਾਂਜੀ ਜਿੱਦਾਂ ਤੁਹਾਨੂੰ ਦੱਸਿਆ ਵੀ ਅਸੀਂ ਉੱਠੀਆਂ ਵਾਲੇ ਹਰ ਮਹੀਨੇ ਹੀ ਇਕੱਠੇ ਹੁੰਦੇ ਹਾਂ ਜੀ 50-60 ਜਣੇ ਹਰ ਮਤਲਬ ਐਂਡ ਆਫ ਦਾ ਮੰਥ ਅਸੀਂ ਕਰਦੇ ਹਰ
ਹਰ ਸਾਲ ਹਰ ਮਹੀਨੇ ਕਰਦੇ ਹਾਂ, ਪਿਛਲੇ 14-15 ਸਾਲ ਤੋਂ ਕਰ ਰਹੇ ਹਾਂ। 15 ਸਾਲ ਤੋਂ ਲਗਾਤਾਰ ਇਕੱਠੇ ਹੋਣਾ? ਹਾਂਜੀ ਠੀਕ ਹੈ। ਪਰ ਜਿੱਦਾਂ ਕਿੱਟੀ ਪਾਰਟੀ ਵਾਲੇ ਇਕੱਠੇ ਹੁੰਦੇ, ਕਿੱਟੀ ਪਾਰਟੀ ਅੱਗੋਂ ਉਹੀ ਕਹਿ ਸਕਦੇ ਹਾਂ ਜੀ, ਕਰਨਾ ਜੀ ਅਸੀਂ। ਹਾਂਜੀ। ਅਤੇ ਲੋਕੇਸ਼ਨ ਕਿੱਦਾਂ ਚੂਜ਼ ਕਰਦੇ ਹਾਂ? ਉਹ ਅਸੀਂ ਹਰ ਇੱਕ ਨੂੰ ਚੋਇਸ ਦਿੱਤੀ ਆ ਜੀ। ਉਹ ਕੋਈ ਜਿੱਦਾਂ ਮੈਂ ਘਰ ਕਰਨੀ ਚਾਹੁੰਦਾ ਘਰ ਮੈਂ ਸੱਦ ਲਾਂਗਾ, ਕੋਈ ਰੈਸਟੋਰੈਂਟ 'ਚ ਕਰਨੀ ਚਾਹੁੰਦਾ ਰੈਸਟੋਰੈਂਟ 'ਚ ਕਰ ਲਏ, ਜ਼ਿਆਦਾ ਇੱਕ ਦੋ ਰੈਸਟੋਰੈਂਟ ਨੇ ਜਿੱਥੇ ਸਾਰੇ ਕਰ ਲੈਂਦੇ, ਜਿਨ੍ਹਾਂ ਦੇ ਘਰ ਛੋਟੇ ਆ। ਠੀਕ ਹੈ। ਜਿਨ੍ਹਾਂ ਦੇ ਘਰ ਆਪਣੇ ਵੱਡੇ ਨੇ ਉਹ ਘਰ 'ਚ ਸੱਦ ਲੈਂਦੇ ਆ। ਅਤੇ ਇੱਕ ਬੰਦੇ ਦੀ ਓਠੀਆਂ ਵਾਲੇ ਦੀ ਵਾਰੀ ਕਿੰਨੇ ਚਿਰ ਬਾਅਦ ਹੁੰਦੀ ਹੈ? ਉਹ ਜੀ ਅਸੀਂ ਤਕਰੀਬਨ 20 ਮਹੀਨਿਆਂ ਬਾਅਦ, 20 ਬੰਦੇ ਨੇ ਸਾਡੇ, ਜਿੱਦਾਂ ਇੱਕ ਮਹੀਨੇ ਬਾਅਦ ਆਉਣੀ ਹੈ ਨਾ ਵਾਰੀ ਪਰਿਵਾਰ ਦੀ ਪਿੰਡ ਵਾਲੀ। ਹਾਂ, 20 ਬੰਦਿਆਂ ਬਾਅਦ ਆਉਣੀ ਹੈ ਜੀ। ਠੀਕ ਹੈ। ਅਤੇ 20 ਮਹੀਨਿਆਂ ਬਾਅਦ ਵਾਰੀ ਆਉਣੀ ਆ, ਫਿਰ ਖਤਮ ਹੋਣੀ ਆ, ਫਿਰ ਦੁਬਾਰਾ ਚੱਲ ਪੈਣੀ ਆ। ਅਤੇ ਇਹਦੇ ਪਿੱਛੇ ਕੋਈ ਖਾਸ ਮੋਟਿਵ ਹੈ, ਮਕਸਦ ਹੈ ਵੀ ਕਿਉਂ ਇਕੱਠੇ ਕਰਦੇ ਹਾਂ ਬਾਹਰ 15 ਸਾਲਾਂ ਤੋਂ? ਇਹ ਵੀ ਇੱਕ ਦੂਜੇ ਨਾਲ ਗੱਪਸ਼ਾਪ ਮਾਰੀਦੀ ਆ, ਪਿਆਰ ਭਾਵ ਪਿਆਰ ਵੱਧਦਾ, ਪਿੰਡ ਦੀ ਗੱਲ ਕਰਦੇ ਹਾਂ, ਕੋਈ ਪਿੰਡ ਚੀਜ਼ ਚਾਹੀਦੀ ਆ, ਇਕੱਠੇ ਪੈਸੇ ਕਰਕੇ ਉਹਨਾਂ ਨੂੰ ਘੱਲਦੇ ਹਾਂ ਅਸੀਂ। ਸਾਡੇ ਜਿਹੜੇ 2-4 ਹੋਰ ਖਾਸ ਫਰੈਂਡ ਨੇ ਜਿਹਨੇ ਸਾਰਿਆਂ ਦੇ ਕੌਮਨ ਨੇ, ਉਹਨਾਂ ਨੂੰ ਵੀ ਨਾਲ ਹੀ ਰੱਖਿਆ। ਜਿੱਦਾਂ ਸਾਡੇ ਭਾਈ ਤੂਰ ਸਾਹਿਬ ਬੈਠੇ ਨੇ, ਇਹਨਾਂ ਦਾ ਕਜ਼ਨ ਬ੍ਰਦਰ ਆ ਉਹ ਆ, ਮਤਲਬ ਸਾਡੇ ਕੋਲ ਪੂਰੇ ਉੱਠੀਆਂ 'ਚ 4 ਕੁ ਬੰਦੇ ਬਾਹਰੋਂ ਨੇ ਜਿਹੜੇ ਸਾਰਿਆਂ ਦੇ ਕੌਮਨ ਫਰੈਂਡ ਸੀਗੇ, ਅਤੇ ਉਹਨਾਂ ਨੂੰ ਸਾਰਿਆਂ ਨੇ ਕਿਹਾ ਵੀ ਇਹਨਾਂ ਨੂੰ ਨਾਲ ਲੈ ਲਓ। ਅਤੇ ਉਹ ਵੀ ਈਵਨ ਜੇ ਕੋਈ ਪੈਸੇ ਪਿੰਡ 'ਚ ਘੱਲਣੇ ਹੋਣ ਤਾਂ ਉਹ ਵੀ ਸਗੋਂ ਆਉਂਦੇ, ਸਾਡੇ ਪਿੰਡ ਦੇ ਨਹੀਂ ਹੈ, ਅਤੇ ਤਾਂ ਵੀ ਵਿੱਚੋਂ ਆਉਂਦੇ ਵੀ ਆਹ ਮੇਰਾ ਵੀ ਹਿੱਸਾ 500 ਪਾ ਲਓ, ਮੈਂ ਵੀ ਆਪਣੇ ਪਿੰਡ ਘੱਲ ਦਿਓ ਤੁਸੀਂ। ਇਸ ਵੇਲੇ ਪਿੰਡ ਦੀ ਤਸਵੀਰ ਉੱਠੀਆਂ ਵਾਲਿਆਂ ਨੇ ਕਿੱਦਾਂ ਦੀ ਬਣਾਈ ਹੋਈ ਹੈ? ਬਹੁਤ ਵਧੀਆ ਜੀ, ਵਧੀਆ। ਅਸੀਂ ਮਤਲਬ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਚੰਗੀ ਬਣੇ। ਜਿੱਦਾਂ ਹੁਣੇ ਹੀ ਜ਼ਮੀਨ ਖਰੀਦੀ ਆ, ਉੱਥੇ ਲਾਇਬ੍ਰੇਰੀ ਬਣਾ ਰਹੇ ਹਾਂ, ਹੋਰ ਜੋ ਚੰਗਾ ਹੋ ਸਕੇ ਪਿੰਡ ਵਾਸਤੇ। ਅੱਛਾ, ਲਾਇਬ੍ਰੇਰੀ ਵੀ ਬਣਾਈ ਹੈ, ਮਤਲਬ ਜਗ੍ਹਾ ਖਰੀਦੀ ਹੈ, ਬਣਾ ਰਹੇ ਹਾਂ। ਸੋ ਸਾਰਾ ਅਸੀਂ ਇਹ ਸਮਝ ਸਕਦੇ ਹਾਂ ਵੀ NRI ਰਲ ਕੇ ਇੱਥੋਂ ਦੇ ਉੱਠੀਆਂ ਪਿੰਡ ਵਾਲੇ ਪਿੰਡ ਦੀ ਵਧੀਆ ਗਲੀਆਂ ਨਾਲੀਆਂ ਹੋਣ। ਸਰਕਾਰ 'ਤੇ ਕੋਈ ਡਿਪੈਂਡ ਨਹੀਂ ਕਰਦੀ ਵੀ ਪੰਚਾਇਤ ਵਾਲੇ ਜਿਹੜੇ? ਸਰਕਾਰ 'ਤੇ ਇਹਨੇ ਕੀ ਕਰਨਾ ਜੀ। ਰਾਜਨੀਤੀ ਪਿੰਡ 'ਚ ਕਿੰਨੀ ਕੁ ਭਾਰੂ ਆ? ਰਾਜਨੀਤੀ ਤਾਂ ਤੁਹਾਨੂੰ ਪਤਾ ਹੀ ਆ, ਜਿਹੜੇ ਜਿਹੋ ਜਿਹੇ ਪਿੰਡਾਂ ਦੇ ਹੁੰਦਾ ਹਿਸਾਬ ਕਿਤਾਬ। ਠੀਕ ਹੈ। ਪਰ ਬਾਹਰਲਿਆਂ ਦੀ ਮੰਨਦੇ ਆ ਸਾਰੇ ਵੀ ਚੁੱਪ ਕਰਕੇ ਰਲ ਮਿਲ ਕੇ ਪੰਚਾਇਤ ਬਣਾ ਲਓ? ਉਹ ਨਹੀਂ, ਕੋਈ ਖਾਸ ਨਹੀਂ ਜੀ ਮੰਨਦੇ ਉਹ ਪਿੰਡਾਂ ਵਾਲੇ, ਉਹ ਥੋੜ੍ਹਾ ਬਹੁਤਾ ਹਰ ਇੱਕ ਦਾ ਹੀ ਆਪੋ ਆਪਣਾ ਜਿਹਦਾ ਜੋਰ ਚੱਲਦਾ ਉਹ ਚਲਾਈ ਜਾਂਦੇ। ਕੋਸ਼ਿਸ਼ ਤਾਂ ਕਰਦੇ ਵੀ ਤੁਸੀਂ ਇਕੱਠੇ ਰਹੋ, ਪਰ ਇਕੱਠੇ ਹੁੰਦੇ ਨਹੀਂ ਨਾ ਪਿੰਡਾਂ ਵਾਲੇ ਬੰਦੇ। ਪਰ ਤੁਸੀਂ ਮੇਰਾ ਖਿਆਲ ਹੈ ਵੀ ਸਾਰੇ ਰਲ ਮਿਲ ਕੇ ਮਕਸਦ ਕੋਈ ਵੀ, ਅਸੀਂ ਕੋਈ ਹੋਵੇ, ਅਸੀਂ ਤਾਂ ਸਾਂਝੇ ਹੀ ਹਾਂ। ਮਤਲਬ ਵੀ ਉਹਨਾਂ ਵੀ ਸਾਂਝਾ ਕੰਮ ਕਰਨਾ ਅਤੇ ਸਾਂਝੇ ਕਰੋ ਇਸ ਕੌਜ਼ ਦੇ ਵਿੱਚ। ਪਿੰਡ ਦੇ ਜਿਹੜੇ ਲੋੜਵੰਦ ਹੈ, ਕੋਈ ਲੜਕੀਆਂ ਹੁੰਦੀਆਂ ਨੇ, ਬੱਚੇ ਹੁੰਦੇ ਨੇ, ਐਜੂਕੇਸ਼ਨ ਵਾਲੇ ਹੁੰਦੇ ਨੇ, ਉਹਨਾਂ ਦੀ ਵੀ ਮਦਦ ਕੀਤੀ ਜਾਂਦੀ ਇੱਥੋਂ? ਹਾਲੇ ਤੱਕ ਤਾਂ ਵੇਖੋ ਜੀ ਉਹ ਲੜਕੀਆਂ ਦੀ ਐਵੇਂ ਆਖੇ ਨਹੀਂ ਕਿਸੇ ਨੇ ਕੀਤੀ। ਬਾਕੀ ਉਹ ਪਿੰਡ ਵਾਲਿਆਂ ਨੂੰ ਜਿੱਦਾਂ ਕੋਈ ਗੁਰਦੁਆਰਾ ਸਾਹਿਬ ਦੀ ਹੈਲਪ ਬਿਲਡਿੰਗ ਬਣਾਉਣੀ ਆ ਜਾਂ ਕੋਈ ਗਲੀ ਬਣਾਉਣੀ ਆ ਜਾਂ ਇਸ ਲੈਵਲ 'ਤੇ ਹੈਲਪ ਕਰ ਰਹੇ ਹਾਂ। ਅਤੇ ਭੁੱਲਰ ਸਾਹਿਬ, ਇਸ ਵੇਲੇ ਇਸ ਘਰ ਦੇ ਵਿੱਚ ਪਰਿਵਾਰ ਦੇ ਕਿਹੜੇ ਕਿਹੜੇ ਜੀਅ ਰਹਿ ਰਹੇ ਨੇ ਇਕੱਠੇ ਤੁਹਾਡੇ ਨਾਲ? ਅਸੀਂ ਜੀ ਆਪਣਾ ਵੱਡਾ ਮੁੰਡਾ ਰਹਿੰਦਾ, ਇਹਦੀ ਵਾਈਫ ਆ, ਅਤੇ ਆਪਣੇ 3 ਬੱਚੇ ਆ। ਵਾਹ। ਹਾਂਜੀ। ਅਸੀਂ ਸੋ 3 ਪੋਤੇ ਪੋਤੀਆਂ ਨੇ, ਵੱਡਾ ਬੇਟਾ ਰਹਿੰਦਾ ਹੈ, ਉਹਦਾ ਪਰਿਵਾਰ ਰਹਿੰਦਾ, ਅਤੇ ਛੋਟਾ ਉਹ ਪਹਿਲਾਂ ਦੀ ਉਹ ਵਰਜੀਨੀਆ ਬੀਚ 'ਤੇ ਹੋਟਲ ਸੀ, ਉੱਥੇ ਮੈਨੇਜ ਕਰਦਾ ਸੀਗਾ, ਉੱਥੇ ਰਹਿੰਦਾ ਸੀਗਾ। ਠੀਕ ਹੈ। ਅਤੇ ਉਹ ਹੋਟਲ ਵੇਚ ਆਏ ਅਤੇ ਇੱਥੇ ਆ ਗਿਆ, ਅਤੇ ਹੁਣ ਉਹ ਆਪਣਾ ਸੈਂਟਰਵੈਲ ਮਨਾਸੇ ਦੇ ਕੋਲ ਉਹਨੇ ਘਰ ਲਿਆ, ਉੱਥੇ ਰਹਿੰਦਾ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਸੋ ਆਉਣ ਜਾਣ ਜਿਹੜਾ ਉਹ ਸਾਰਾ ਪੂਰਾ ਬਣਿਆ ਰਹਿੰਦਾ, ਪੂਰਾ ਬਣਿਆ ਰਹਿੰਦਾ ਹੈ। ਆ ਦੋਸਤੋ, ਇਹ ਸੀ ਭੁੱਲਰ ਸਾਹਿਬ ਦਾ ਬਹੁਤ ਹੀ ਵਧੀਆ ਪਰਿਵਾਰ, ਜਿਸ ਨੂੰ ਤੁਸੀਂ ਸਾਰੇ ਪਰਿਵਾਰ ਨੂੰ ਮਿਲੇ ਆ। ਮੈਨੂੰ ਇਹ ਲੱਗਦਾ ਕਿ ਬੇਟਾ, ਵਾਈਫ, ਭਰਾਵਾਂ ਤੋਂ ਇਲਾਵਾ ਹੋਰ ਵੀ ਉੱਠੀਆਂ ਪਿੰਡ ਵਾਲਿਆਂ ਦਾ ਵੀ ਇਹ ਉਸ ਨੂੰ ਪਰਿਵਾਰ ਹੀ ਸਮਝਦੇ ਆ। ਪਰ ਮੈਂ ਸਮਝਾਂਗਾ ਕਿ ਏਡੇ ਕੁ ਚੁਗਿਰਦੇ ਦੀ, ਏਡੇ ਕੁ ਇਕੱਠ ਦੀ, ਏਡੇ ਕੁ ਪਿਆਰ ਦੀ, ਏਡੇ ਕੁ ਮੁਹੱਬਤ ਦੀ ਤੁਸੀਂ ਕਦੇ ਪਹਿਲਾਂ ਸਟੋਰੀ ਨਹੀਂ ਦੇਖੀ ਹੋਏਗੀ। ਕਿ ਮਸਲਾ ਇਸ ਗੱਲ ਦਾ ਕਿ ਜਦੋਂ ਮੈਂ ਇਹਨਾਂ ਨੂੰ 10 ਵਜੇ ਦਾ ਟਾਈਮ ਦਿੱਤਾ, 10-15 ਮਿੰਟ ਮੈਂ ਲੇਟ ਹੋਇਆ, ਪਰ ਮੈਨੂੰ ਲੱਗਦਾ ਕਿ ਇੱਥੇ ਜਿਹੜੇ ਦੋਸਤ ਮਿੱਤਰ ਨੇ ਉੱਥੇ ਇਹ ਗੱਲ ਜ਼ਰੂਰ ਢੁੱਕਦੀ ਹੈ ਵੀ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ। ਜਿਸ ਵੇਲੇ ਮੈਂ ਆਇਆ ਤਾਂ ਘਰ ਦੇ ਸਾਰੇ ਕੁਰਸੀਆਂ ਅਤੇ ਘਰ ਦੇ ਸਾਰਾ ਪਾਸਾ ਜਿਹੜਾ ਸੀ ਉਹ ਭਰਿਆ ਹੋਇਆ ਸੀ। ਸਟੋਰੀ ਦਾ ਮਾਹੌਲ ਜਿਹੜਾ ਸੀ ਉਸ ਨੂੰ ਕ੍ਰੀਏਟ ਕਰਨ ਤੋਂ ਪਹਿਲਾਂ ਜ਼ਰੂਰ ਉਹਨਾਂ ਸਾਰਿਆਂ ਦੇ ਨਾਲ ਸਾਡੀਆਂ ਭੈਣਾਂ ਆਈਆਂ ਹੋਈਆਂ ਸਨ, ਬੱਚੇ ਆਏ ਹੋਏ ਸਨ ਮਿਲਣ ਵਾਸਤੇ ਵੀ, ਉਹਨਾਂ ਨਾਲ ਸਾਨੂੰ ਵਿਚਰਨ ਦਾ ਮੌਕਾ ਮਿਲਿਆ, ਗੱਲਬਾਤ ਕਰਨ ਦਾ ਮੌਕਾ ਮਿਲਿਆ। ਅਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਮੈਂ ਘੱਟੋ ਘੱਟ 2 ਜਿਹੜੇ ਨੇ ਪ੍ਰੋਗਰਾਮ ਗੱਲਾਂ ਬਾਤਾਂ ਦੀ ਉਹਨਾਂ ਨਾਲ ਜਿਹੜੇ ਸੀ ਕਰ ਦਿੱਤੇ, ਨਾ ਉਹਨਾਂ ਦਾ ਸ਼ਾਇਦ ਗੱਲਾਂ ਬਾਤਾਂ ਨਾਲ ਢਿੱਡ ਭਰਿਆ ਹੋਏਗਾ ਅਤੇ ਨਾ ਹੀ ਕਰਕੇ ਮੇਰਾ ਭਰਿਆ ਹੋਏਗਾ। ਪਰ ਮੈਂ ਇੱਕ ਗੱਲ ਜ਼ਰੂਰ ਕਹਿੰਦਾ
कि इस तरह के ठंडे वहा वर्गे लोग जिहड़े लगातार समाज दे विच भी वगदे रहिंदे ने, लगातार बकायदा तौर दे उत्ते अपना जिहड़ा फर्ज़ है वह निभाते रहते हैं और वड्डियां वड्डियां छल्लां नहीं बनदियां, सगो इको वहा दे नाल जिंदगी दे विचर विचर जांदे ने। ਉਹ ਨੇ ਸਰਦਾਰ ਦਲਵੀਰ ਸਿੰਘ ਭੁੱਲਰ ਔਰ ਇਹ ਭੁੱਲਰ ਪਰਿਵਾਰ। ਮੇਰੇ ਕੋਲ ਅਲਫਾਜ਼ ਨਹੀਂ ਕਿ ਮੈਂ ਇਹਨਾਂ ਦਾ ਧੰਨਵਾਦ ਕਰਾਂ ਜਿਨ੍ਹਾਂ ਨੇ ਮੇਰੇ ਆਏ ਦਾ ਸਵਾਗਤ ਕੀਤਾ ਅਤੇ ਆਪਣਾ ਕੀਮਤੀ ਵਕਤ ਦਿੱਤਾ ਕਿ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਇਹ ਸਟੋਰੀ ਜਿਹੜੀ ਆ ਇਹ ਖੂਬਸੂਰਤੀ ਦੇ ਨਾਲ ਕੀਤੀ ਜਾਵੇ। ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਨੂੰ ਇਜਾਜ਼ਤ ਦਿਓ ਤੁਸੀਂ, ਕਿਉਂਕਿ ਅਸੀਂ ਜਾਣਾ ਔਰ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਤੁਹਾਡੀ ਜ਼ਿੰਦਗੀ ਦੇ ਖਾਸ ਤੌਰ ਦੇ ਉੱਤੇ ਕੀਮਤੀ ਪਲ ਲੈ ਕੇ। ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ।